जिहड़ी कहानी है मालदार छड़े वाली। हरमन जाने कमी वाला कहिंदा मेरे दादे हुरी सत भाई सी ते मेरे दादे दा भाई सी वीरा ते वीरे दा गाहां यार सी भागू दोनों छड़े सी। ओ फोटो भी थोनू दिखावांगे कि असल वीरा ते भागू कौन ने। मेरे दादे भी सत भाई सीगे, सत्ता जो छे देता ब्याह हो गए सीगे, वीरा एंड ते रह गया दी गल्ला वीरा रह गया दी गल्ला, वो कहने छड़ की करांगे दा ब्याह वो बस रह गया बेचारा ही। ते फिर गाहां उहदा यार थी भागू, गाहां वो भी छड़ा दीगा भागू। अभी दस भी दईए तैनूं कि जिहड़ी असली भी है ਉਹਦੀ ਲਾਈਫ ਦੇ ਵਿੱਚ ਚਰਨੋ ਚਰਨੋ ਨਾਂ ਦਾ ਕੋਈ ਲੱਖ ਅੱਖਾਂ ਨਹੀਂ ਹੈਗਾ ਨਾ, ਮਤਲਬ ਖਾਸੇ ਪਾਠ ਹੋ ਗਏ ਸੀ ਉਹਦਾ, ਮਤਲਬ 38-36 ਪਾਠ ਹੋ ਗਏ ਸੀ, ਫਿਰ ਪਤਾ ਲੱਗਿਆ ਵੀ ਤੁਸੀਂ ਮੇਰਾ ਨਾਂ ਲੈਂਦੇ ਹੋ ਕਹਿੰਦਾ ਮੈਨੂੰ ਵਿੱਚ ਨੰਬਰਦਾਰ ਹੈ ਉਹਨਾਂ ਦੇ ਵੀ ਇਹ 5-6 ਜਵਾਕ ਨੇ, ਉਹਨਾਂ ਦੇ ਸਾਰੇ ਜਿਹੜੇ ਨਾਮ ਨੇ ਫਣੀ ਰੱਖੇ ਨੇ ਆਪਦੇ, ਜਿਵੇਂ ਮੂਲਾ ਹੋ ਗਿਆ, ਮਾਦੀ ਹੋ ਗਿਆ, ਬੱਗੜ ਹੋ ਗਿਆ, ਤੂਤਾ ਹੋ ਗਿਆ, ਉਹਨਾਂ ਦੇ ਵਿੱਚ ਅਸੀਂ ਇੱਕ ਨਾਮ ਚੱਕ ਲਿਆ ਸੀਗਾ। ਕਈ ਵਾਰ ਤਾਂ ਇਹੋ ਜਿਹੇ ਆਉਂਦੇ ਨੇ ਨਾ ਮੇਰੇ ਸਾਲ ਦੇ ਵੀ ਇੱਕ ਬੰਦੇ ਦੇ ਮਗਰ ਪੈ ਗਏ ਵੀ ਉਹਨੂੰ ਬਖੇੜ ਦਈਏ ਵੀ ਉਹਨੂੰ ਉਹਦੇ ਇਹੋ ਜਿਹਾ ਪੰਪ ਭਰਨਗੇ, ਉਹ ਚਾਹੇ ਜਿਹਾ ਕਰਦੇ ਨੇ, ਕਦੇ ਮੇਰੇ ਕੋਲ ਆਉਂਦੇ ਨੇ, ਕਦੇ ਇਹਦੇ ਕੋਲ ਜਾਂਦੇ ਨੇ, ਕਦੇ ਜੱਸੇ ਕੋਲ ਵੀ ਜਾਂਦੇ ਹੋਣਗੇ। ਮਤਲਬ ਕਿ ਉਹਨਾਂ ਦਾ ਕੰਮ ਇਹੀ ਹੈ ਕਿ ਟੀਮ ਨੂੰ ਕਦੋਂ ਤੋੜ ਦਈਏ। ਉਹ ਬੰਦੇ ਆਪ ਤਾਂ ਕੁਛ ਨਹੀਂ ਕਰਨ ਯੋਗੇ ਹੈਗੇ, ਕੁਛ ਵੀ ਨਹੀਂ ਕਰਨ ਯੋਗੇ ਆਪ ਤਾਂ ਬੰਦੇ ਹੈਗੇ। ਹੁਣ ਤੂੰ ਕਹੇਂਗਾ ਤਾਂ ਹੈਗਾ ਵੀ ਕੀ ਗੱਲ ਕਰੀ ਨਾ, ਫੇਸਬੁੱਕ ਹੀ ਵਿਦਵਾਨ ਨੇ ਇੱਕ ਦੋ, ਅਸੀਂ ਹਾਲੇ ਉਹਨੂੰ ਮੂੰਹ ਕੋਲ ਨਹੀਂ ਦੇਖਦੇ, ਅਸੀਂ ਟਾਪ 'ਚ ਕਾਵਾਂਗੇ ਨਾ, ਮੈਂ ਕਿਹਾ ਹੱਥ ਲਾ ਲਾ ਦੇਖਣਗੇ ਉਹ, ਅਸੀਂ ਦੇਖ ਹੀ ਜਾਂਦੇ ਵੀ ਹਾਲੇ ਟਿਕ ਜਾਓ ਤੁਸੀਂ ਕਾਹਨੂੰ, ਹੈ ਨਾ ਵੀ ਚਲੋ ਪਰਮਾਤਮਾ ਨੇ ਸਭ ਨੂੰ ਰੋਜ਼ੀ ਰੋਟੀ ਬਖਸ਼ੀ ਹੈ। ਮੇਰੀ ਮਾਂ ਕਹਿੰਦੀ ਹੁੰਦੀ ਆ, ਕਹਿੰਦੀ ਪੁੱਤ ਕਦੇ ਢੂਹੀ 'ਤੇ ਲੱਤ ਮਾਰਦੀ ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਕਹਿੰਦੇ ਢਿੱਡ 'ਤੇ ਲੱਤ ਕਦੇ ਜ਼ਿੰਦਗੀ 'ਚ ਨਾ ਮਾਰੇ। ਪਰ ਸਾਨੂੰ ਬਾਬੇ ਇਕੱਲੇ ਇਕੱਲੇ ਬੰਦੇ ਮੈਨਸ਼ਨ ਨੇ ਵੀ ਜਿਹੜੇ ਕਿਹੜੇ ਕਿਹੜੇ ਸਾਡੇ ਟੀਮਾਂ ਤੋੜ ਨੂੰ ਫਿਰਦੇ ਨੇ, ਕਿਹੜੇ ਨਹੀਂ ਤੋੜ ਨੂੰ ਫਿਰਦੇ, ਬਸ ਮੈਂ ਤੁਹਾਨੂੰ ਕਹਿਣਾ ਬਾਹਰ ਜਾ ਦਿਓ, ਹੈ ਨਾ, ਕਿਉਂਕਿ ਜਿਹੜੇ ਸਾਡੇ ਬੰਦੇ ਨੇ ਬਾਈ ਮਨੀ ਇੱਟ ਵਾਂਗੂ ਪੱਕੇ ਨੇ ਬੰਦੇ, ਉਹਨਾਂ ਨੇ ਬਾਈ ਗਰੀਬੀਆਂ ਦੇਖੀਆਂ ਹੋਈਆਂ ਨੇ, ਵੀਰੇ ਨੇ ਗਰੀਬੀ ਦੇਖੀ ਹੋਈ ਹੈ, ਵੀਰੇ ਨੇ ਸੁੱਖ ਨਾਲ ਹੁਣ ਘਰ ਪਾਇਆ, ਹੁਣ ਅੱਜ ਕਿਤੇ ਉਹ ਵਧੀਆ ਲੈਵਲ 'ਤੇ ਜਾਣ ਲੱਗਿਆ, ਹੈ ਨਾ। ਜੱਸੇ ਦਾ ਕਿਤੇ ਅੱਜ ਨਾਮ ਬਣਨ ਲੱਗਿਆ, ਜੱਸਾ ਛੋਟੇ ਜਿਹੇ ਘਰ 'ਚ ਉੱਠਿਆ ਸੀ, ਦਰਜੀਆਂ ਦਾ ਮੁੰਡਾ ਸੀ, ਹੈ ਨਾ, ਤੂਤਾ ਛੋਟੇ ਜਿਹੇ ਘਰ 'ਚ ਉੱਠੇ, ਤੂਤਾ ਆਪਦਾ ਹੱਥਾਂ ਦਾ ਕਹਿੰਦਾ ਦਾੜੀ ਕਟਾਉਣ ਨੂੰ ਪੈਸੇ ਨਹੀਂ ਗਈ ਸੀ, ਠੀਕ ਹੈ, ਠੇਕੇਦਾਰ ਸੀ, ਉਹ ਠੇਕੇਦਾਰ ਸੀ, ਇਹ ਬੜੀ ਗਰੀਬੀ 'ਚ ਉੱਠਿਆ ਹੋਇਆ, ਮੈਂ ਬੜੀ ਗਰੀਬੀ 'ਚ ਉੱਠਿਆ, ਅਸੀਂ ਗਰੀਬੀਆਂ ਦੇਖ ਦੇਖ ਅੱਜ ਆਹ ਦਿਨ ਹਾਸਲ ਕੀਤੇ ਹੋਏ ਨੇ, ਠੀਕ ਹੈ, ਜਿਹੜੇ ਸਾਡੇ 'ਚ ਆ ਕੇ ਅੱਜ ਟੀਮਾਂ ਤੋੜਨ ਦੀਆਂ ਗੱਲਾਂ ਕਰਦੇ ਨੇ, ਕਦੇ ਮੈਨੂੰ ਉੱਧਰ ਬੁਲਾ ਕੇ ਲੈ ਗਏ, ਕਦੇ ਜੱਸੇ ਨੂੰ ਉੱਧਰੋਂ ਬੁਲਾ ਕੇ ਲੈ ਗਏ, ਕਦੇ ਧੂਤੇ ਨੂੰ ਉੱਧਰੋਂ ਖਿੱਚ ਕੇ ਲੈ ਗਏ, ਕਦੇ ਵੀਰੇ ਨੂੰ ਉੱਧਰੋਂ ਖਿੱਚ ਕੇ ਲੈ ਗਏ, ਉਹਨੂੰ ਇਹ ਨਹੀਂ ਪਤਾ ਵੀ ਖਿੱਚ ਕੇ ਤਾਂ ਲੈ ਜਾਂਦੇ ਤੁਸੀਂ, ਪਰ ਇਹ ਬੰਦੇ ਇਕੱਠੇ ਜੁੜੇ ਹੋਏ ਨੇ, ਇੱਕ ਦੂਜੇ ਨਾਲ ਗੱਲ ਸ਼ੇਅਰ ਕਰਦੇ ਹਾਂ ਅਸੀਂ। ਬਿਲਕੁਲ ਪਛਤਾਵਾ ਹੁੰਦਾ ਜਦੋਂ ਆਪਦਾ ਹੱਥੀ ਲਾਇਆ ਬੂਟਾ ਕੋਈ ਵੱਢ ਕੇ ਲੈ ਜਾਂਦਾ, ਜਦੋਂ ਆਪਦਾ ਹੱਥੀ ਲਾਇਆ ਬੂਟਾ ਕੋਈ ਬੰਦਾ ਵੱਢ ਦਿੰਦਾ, ਉਹਦਾ ਪਛਤਾਵਾ ਹੁੰਦਾ ਬਾਈ। ਖੁਦ ਮੇਰਾ ਜਿਹੜਾ ਜੀਜਾ ਸੀਗਾ ਉਹ ਕਹਿੰਦਾ ਹੁੰਦਾ ਸੀਗਾ ਵੀ ਸਾਲਾ ਇਹ ਕੁਛ ਨਹੀਂ ਕਰ ਸਕਦਾ ਗਾ, ਉਹ ਮੈਂ ਆਪਦੇ ਮੂੰਹ 'ਤੇ ਫੋਨ 'ਤੇ ਮੰਨਿਆ ਕਿ ਦਿਨ, ਕਹਿੰਦਾ ਲੋਕ ਤਾਂ ਕਹਿੰਦੇ ਤੈਨੂੰ ਤਾਂ ਮੈਂ ਵੀ ਕਹਿੰਦਾ ਵੀ ਸਾਲਾ ਤੂੰ ਕੁਛ ਨਹੀਂ ਕਰ ਸਕਦਾ, ਕਹਿੰਦਾ ਹੁਣ ਮੈਨੂੰ ਜਦੋਂ ਲੋਕ ਕਹਿੰਦੇ ਨੇ ਵੀ ਐਂ ਕਰਕੇ ਵੀ ਆਹ ਤੇਰਾ ਰਿਸ਼ਤੇਦਾਰ ਹੈ, ਕਹਿੰਦਾ ਹੁਣ ਸਾਲਾ ਮੈਨੂੰ ਮਾਣ ਜਿਹਾ ਮਹਿਸੂਸ ਹੁੰਦਾ ਵੀ ਹਾਂ ਇਹ ਮੇਰਾ ਰਿਸ਼ਤੇਦਾਰ ਹੈ। ਮਾੜੀ ਹਾਲਾਤ ਸੀ ਬਾਈ, ਸਾਰੇ ਸਾਡੇ ਸਾਰੇ ਪਿੰਡ ਨੂੰ ਪਤਾ ਬਾਈ, ਘਰ 'ਚ ਪਾਣੀ ਆ ਵੜਦਾ ਸੀ ਬਾਈ, ਸਿਸਟਮ 'ਚ ਸਭ ਕੁਝ ਖਤਮ ਸੀ ਬਾਈ ਯਾਰ। ਮੇਰੀਆਂ ਮਾਂ ਦੀਆਂ ਦਵਾਵਾਂ ਅਤੇ ਇੱਕ ਮੇਰੀ ਦੋਸਤ ਸੀ ਕੁੜੀ ਜਿਹਦਾ ਮੈਂ ਅਕਸਰ ਇੰਟਰਵਿਊ 'ਚ ਜ਼ਿਕਰ ਕਰ ਦਿੰਦਾ, ਕੌਰ ਵੱਟਰ ਨਾਂ ਦੀ ਕੁੜੀ, ਅਤੇ ਉਹਨੇ ਬੜੀ ਮੇਰਾ ਸਾਥ ਦਿੱਤਾ ਯਾਰ। ਕੁੜੀ ਜ਼ਰੂਰੀ ਨਹੀਂ ਹੁੰਦਾ ਕਿ ਸਾਥ ਦੇਣ ਵਾਲੀ ਕੁੜੀ ਕੋਈ ਗਲਤੀ ਹੋ ਗਈ ਨਾ, ਬਹੁਤ ਚੰਗੀ ਦੋਸਤ ਹੈ ਮੇਰੀ ਅਤੇ ਮੇਰਾ ਸਾਥ ਬਹੁਤ ਦਿੱਤਾ, ਜਿੱਥੇ ਮੈਂ ਡੋਲ ਜਿਹਾ ਕਰਾਂ ਮੈਨੂੰ ਉੱਥੋਂ ਕਿਹਾ ਕਰੇ ਚੱਲ ਉੱਠ, ਕਈ ਵਾਰ ਮੈਂ ਡੋਲਿਆ ਵੀ ਹਾਂ, ਮੈਂ ਰੋ ਵੀ ਪੈਂਦਾ ਸੀ ਕਈ ਵਾਰ ਅਤੇ ਵੀ ਐਂ ਕਰਕੇ ਐਂ ਹੋ ਗਿਆ, ਮੈਨੂੰ ਕਹਿੰਦੀ ਨਹੀਂ ਚੱਲ, ਉਹਨੇ ਅੱਜ ਤੱਕ ਮੇਰਾ ਹੁਣ ਤੱਕ ਮੇਰਾ ਸਾਥ ਦਿੰਦੀ ਰਹੀ ਬਹੁਤ ਜ਼ਿਆਦਾ, ਅੱਜ ਤੱਕ ਕੈਮਰੇ ਸਾਹਮਣੇ ਨਹੀਂ ਕਰੀ ਆਈ ਹੈਗੀ, ਪਰ ਐਂ ਲਾ ਲਓ ਵੀ ਜਿਵੇਂ ਆਪਾਂ ਕਦੇ ਰੱਬ ਨਹੀਂ ਦੇਖਿਆ ਹੁੰਦਾ ਹੈਗਾ, ਰੱਬ ਨੂੰ ਦੇਖ ਨਹੀਂ ਸਕਦੇ, ਮੈਂ ਉਹਦਾ ਅੰਦਰ ਵੀ ਨਹੀਂ ਦੇਖ ਸਕਦਾ ਉਹਦਾ ਕਿੱਡਾ ਕੁ ਵਿਸ਼ਾਲ ਅੰਦਰ। ਜਦੋਂ ਮੈਂ ਉੱਥੇ ਸ਼ੋਅ ਲਾਉਣ ਗਿਆ ਸੀਗਾ ਮੇਰੇ ਪਹਿਲੇ ਦਿਨ ਲੱਤਾਂ ਕੰਬ ਰਹੀਆਂ ਸੀ ਉਸ ਦਿਨ, ਕਿਉਂਕਿ ਬਾਈ ਮੈਂ ਕਦੇ ਸਟੇਜ ਸ਼ੋਅ ਨਹੀਂ ਲਾਇਆ ਸੀ ਜ਼ਿੰਦਗੀ 'ਚ, ਹੈ ਨਾ, ਅਤੇ ਮੈਂ ਉੱਥੋਂ ਬੈਠੇ ਹੀ ਮੇਰੀ ਮਾਂ ਨੂੰ ਫੋਨ ਕੀਤਾ, ਮਹਾਂ ਬੀਬੀ ਵੀ ਐਂ ਕਰਕੇ ਬਾਬੇ ਭਾਈ ਮੂਲਦੇ ਮਹਾਂ ਜੋਤ ਲਾਏ ਨੂੰ, ਹਾਂ ਮਹਾਂ ਅਰਦਾਸ ਕਰਕੇ ਆਈ ਵੀ ਮੇਰੇ ਲੱਤ ਵੀ ਮੇਰੇ ਪੱਗ 'ਤੇ ਸਿਰ 'ਤੇ ਹੱਥ ਰੱਖਣਾ, ਹੈ ਨਾ, ਵੀ ਮੈਂ ਡੋਲ ਨਾ ਜਾਵਾਂਗੇ ਤਾਂ ਜਾ ਕੇ। ਅਤੇ ਮੇਰੀ ਮਾਂ ਉਸੇ ਟਾਈਮ ਗਈ ਨਾਲ ਦੀ ਨਾਲ ਅਰਦਾਸ ਬੇਨਤੀਆਂ ਕਰਕੇ,
जान तो पहला भी स्टेज पर चढ़ने तो पहला भी मैं बड़िया गुरु रामदास पातशाह अगे मिन्नत कर बाबा जी पहली बार आया ना भी ये ना हो कि भी लोग बेइज्जती कर जाए पर महाराज की एड्डी कृपा रही भी बल्ले बल्ले कराती इतने भी तेन मैं तू तेरी गल दसदा जो आस्ट्रेलिया उतरते हैं उत्थे ना जहाज से फार्मियाँ देंगे भरने वास्ते अड्डा जो सारा भरना आता भी तुम्हें कोई प्रॉब्लम तो नहीं सू बीमारी तो नहीं उस टिक मार जे बीमारी नहीं गई तो नो कर दो तो जे बीमारी हैगी तो यस कर दो भी तुम कि करोना तो नहीं है तुम एच आई वी तो नहीं है साड़ी फ्लाइट एक घंटा पहला दी घंटा पहला उतर गए परथे जाके तो धूते की फ्लाइट घंटा का मगर होती धूते भी देता वो फार्म जा तेरे तो उत्थे ऐख नहीं बैठा खिला वागू फार्म जो एयरपोर्ट से तेन करके तेन कहो जा ना जी कैन टीवी टूवी है कहना ना जी कहीं करके लास्ट दिन तू कैलिफोर्निया कहना ना जी कहती फिर डंगर टिक टिक चौंक कर कहना मैं तो जी ए लिखता भी सारा कुछ ठीक ठीक है कहना जी आ चको थोड़े पेपर फार्म जो कहना जो मैं भरा लो क्या कितने की लगे फिर वास्ते पंजाबी बुलाया दसन समझा वो भी बोलिया उ गल दसदा सू मैं जसा धूता सा बोल देने बीड़ी उच्चा थोड़ा जा बबल असं लग रहे उसे शूट कर शूट वास्ते चला उस थोड़ा जहा लग गया महा तू मेरा साले उधर की करने लग गया अभी उच्ची उच्ची बोलने लग रहे मैं झूठा साढ़े लाल लग मैं घर गोरी का उन्हें कंजी ने फोन मारता पुलिस ने वो तो चंगा रहा उ जो सा पिंड का मुंडा जस्सी गया हुआ जस्सी के घर वाली वधिया अंग्रेजी नॉलेज है वो भज के गई गोरी को कहनी करते हैं फाइट करते हैं कहीं नो नो शूट है कमेडी कहीं ओके माई फॉल कहीं मैं तो पुलिस को फोन करता पुत मेरा बहुत वधिया मैं टाइम निकलता है दोनों जिन्होंने मेरी जिंदगी की कायनात पाली मैं दोनों दर्जा समान दिना उन्होंने क्योंकि एक ने मेरा साथ दिता जे वो कुड़ी मेरा साथ ना दिंदी अज मैं इत्थे ना पहुँचदा जे मेरी माँ मैनू पिछों हल्ला शेर दिंदी तां भी इत्थे नहीं पहुँचदा सी क्यों आई थी कुछ तो सानू लोग बड़ा मिने मारदे ते कुछ बिच तीवियां जनानियां आईयां ते सानू मुखावल मशकरी करदियां ते वह ऐ करदियां तियां कोई तो कहती सरोवर बन गया भी नहाउण वाले मच्छियां छड़ दो कोई कहती नहा लो पानी अंदर वड़ गया थोड़े भी सरोवर बन गया असी कहिंदे कोई ना भाई ठीक है ना भी लवेंगे मच्छियां भी छड़ दांगे पर असं गुस्सा नहीं किसी का मनना थी पता गुस्सा किसी का नहीं मनना थी असं कहते वह मालिक सुनता है हूँ मालिक ने लुको के भी सब तो कुछ नहीं रखे हाँ बथेरा मेरी माँ दो टाइम गुरु घर जाते हूँ गुरु घर जाने सवेरे भी जाते शाम भी असं कहने बाबा खबर है तीन साढ़े घर चुड़ा पाता अरदासा मालिक अगे एक मेरी माँ की अरदासा खबर बद सुनता होगी सानू चार भैन भाइयों पालना ठीक है साढ़े सिर पर प्यो नहीं है ना कि कितने तक खिच के ले गई सू माता सू पता जी सू नहीं पता पैसे कितों आते सू पढ़ाई कितों होंगे साढ़िया वो भी रात में वीरे का फोन आया अरनेत भरा का फोन आया रात में तो कहना भी ए करके इंदर मैं क्या भी सवेरे कल नेत का शूट है ना तो मैं कितने होर शूट पर मैं कहते कहता मैं भाई कोई गल नहीं महा भी हूँ तो सॉरी है ना अगली बार देखा आप फिर बई डायरेक्टर शुद्ध ही कॉल है ना शुद्ध बई है ना तो इंद्र कहना किन्ने बजे तक पहुँच जाएगा लास्ट किन्ने पहुँच जाएगा मैं बई मैं लास्ट तीन बजे तक पहुँच सकता बिल्कुल कहना मैं वेट करूँगा दोपहर शाम तीन बजे तो जो सैट पर गए बई नेत ने बहुत प्यार किया ना सानू ऐसी भी सानू कौन जानता यार आर नेत ने बई जफ्फी ज लैके प्यार किया ना तो भरा ने बहुत प्यार किया डायरैक्टर ने बहुत प्यार किया और गाना आने तो बाद जो ऑडियंस ने प्यार किया तो बई बस शब्द खत्म ने ना कि तुसी सानू इत्थे तक ले आए भाई मेरी उम्मीद भी नहीं सी मेरी आस भी नहीं सी कि मैं एडे वड्डे सिंगर नाल गाना करके आऊंगा सत श्री अकाल तुसी देख रहे हो घंट पंजाबी अज मेरे नाल खास मित्र ते डेढ़ क साल बाद तकरीबन बाई नाल अज दुबारे फिर इंटरव्यू करन दा सबब बनया क्योंकि पिछे जे मैं गाना देखिया
इंद्र बाई का आरनीत नाल गाना आया साडी रब ने ड्यूटी लाई है तौणा चुकले कढ़ण दी। वह गाना मैं देखा तो मैनू बहुत खुशी हुई कि अपना दोस्त अपना भरा है ना ते ओ एडे एडे प्रोजेक्ट्स जा रहे आ होर बड़े बड़े फिल्मां गाने बाई हुरी कर रहे आगे ते अज क्योंकि पिछली जर्नी शायद तुसी इंटरव्यू बाई दी देख ली होनी अपने चैनल ते अज दूसरा सबब ए बनिया बाई हुरी पिछे विदेशां दा टूर भी ला के आया विदेशां दा टूर करके आया ते फिर उदों बाद गाणियां दे विच ते एक छोटे जे पिंड छाजली तो उठिया होया मुंडा अज पूरी देश दुनिया दे विच चल रहेगा नाम भी चलदा चैनल दा नाम भी चलदा तो बहुत खास गल ये आ कि अज भी बाई हुरी ने पैर नहीं छड़े अज भी अपने पिंड दे विच अपने घर दे विच बैठे आ ते जे कोई आउंदा भी आ तां उहनूं खिड़े मत्थे प्रवान करदे आ। अज एक होर खास भेद भी खुलूगा कि वह फोटो भी थोनों दिखावांगे कि असल भीरां ते भागू कौन ने वो असीं फोटो भी जरूर मैनशन करांगे मेरे नाल बाई इंद्र ते उधरले पासे बाई हरमन ते इंटरव्यू के अखीर दे विच माता होरी भी बाई इंद्र होरां दी वह जरूर गल्लबात करावांगे। एक वो माँ जिहड़ी पुत नूं कहिंदी सी कि तू नलायक है लोग लांभे दिंदे सी माँ कोले आ के कि तेरा पुत तां नलायक निकल गया तेरा पति सिर ते नहीं पुत तेरा इह जिहा निकल गया तां फिर वो अज माँ किहो जिहा माण महसूस करदी आ जदों लोग आउंदे आ दूरों दूरों मिलदे आ ते इंद्र दा नां लैके वह माँ दे पैरी हथ लाउंदे आ ते उहदी इंद्र होरां दी माँ नूं आपदी माँ समझदे वह किहो जिहा अहसास रहिंदा अज सारी गल्लबात इहदे ते भी करांगे ते छोटियां छोटियां मिठियां यादां बाई नाल सांझियां भी करांगे। भाई पहलां तां बहुत बहुत स्वागत है कहिण पंजाबी ते इन्ने लंबे समें बाद मिले हो बहुत मेहरबानी थोड़ी समां दित्ता तुसीं। सति श्री अकाल भाई जी होर सेहतां ठीक ने वधिया बेटे वधिया ठीक है जी। अच्छा किवें चलदी है जिंदगी हुण किवें रिहा पहलां दा सफ़र तुसीं हुणे सफ़र करके आए हो बाहर दा है ना टूर ला के आए हो किवें रहे उह वधिया सी भाई क्योंकि साढ़े इधरों जिहड़े पंजाबी गए हुए सीगे ना ते उन्हां नूं मिल के सानूं बहुत चंगा लग्गिया ते उन्हां ने सानूं बहुत ज़्यादा प्यार किया भाई बेअथाह प्यार किया ना किते ना किते साढ़े मन च तो सोच सीगी भी यार सानूं अंग्रेजी लैंग्वेज ही घट आउंदी है ना भी असीं किवें सरवाइव जा करांगे उत्थे पर सानूं महसूस नहीं होया उत्थे जाके भी असीं किसे विदेशी धरती ते आए होए आं। ठीक है खैर वतन तां आपदा वतन है पंजाब नूं जे आपां कंपेयर करिए ना अपना अपनी मिट्टी तां अपनी है पर ਉਹ ਉੱਥੇ ਵੀ ਆਪਣੇ ਨੇ ਸੋਹਣਾ ਲੱਗਿਆ ਉੱਥੇ ਸਾਨੂੰ ਮਿਲ ਕੇ ਸਾਰਿਆਂ ਨੂੰ ਬਹੁਤ ਲੋਕਾਂ ਨੇ ਪਿਆਰ ਕੀਤਾ ਰੱਜਵਾਂ ਪਿਆਰ ਕੀਤਾ ਹੈ ਨਾ ਮਤਲਬ ਕਿ ਸਾਡੀ ਉਮੀਦ ਤੋਂ ਵੱਧ ਕੇ। ਅੱਛਾ ਇੱਕ ਹੋਰ ਬੜੀ ਖਾਸ ਗੱਲ ਲੱਗੀ ਅਤੇ ਚਲੋ ਮੈਂ ਆਪਣੀ ਉੱਦਣ ਫੋਨ 'ਤੇ ਵੀ ਗੱਲ ਹੋਈ ਮੈਂ ਤੁਹਾਨੂੰ ਆਖਿਆ ਬਾਈ ਗਾਣਾ ਦੇਖਿਆ ਬਹੁਤ ਖੁਸ਼ੀ ਹੋਈ ਹੈ ਨਾ ਕਿ ਤੁਸੀਂ ਬਹੁਤ ਅੱਗੇ ਤੱਕ ਵੱਧ ਰਹੇ ਹੋ ਬਹੁਤ ਸੋਹਣੀ ਤਰੱਕੀ ਕਰ ਰਹੇ ਹੋ ਤੁਸੀਂ ਇੱਕ ਮਾਂ ਦਾ ਪੁੱਤ ਤਰੱਕੀ ਕਰਦਾ। ਅੱਛਾ ਇੰਦਰ ਬਾਈ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਜੜਾ ਮਾਲਦਾਰ ਛੜਾ ਜਿਹੜੀ ਅੱਜ ਵੀ ਲੋਕਾਂ ਦੇ ਵਿੱਚ ਲੋਕ ਜਾਣਦੇ ਆ ਜੇ ਅੱਜ ਤੁਹਾਨੂੰ ਜਾਣਦੇ ਲੋਕ ਇੰਦਰ ਨਾਲ ਘੱਟ ਜਾਣਦੇ ਆ ਭਾਗੂ ਨਾਲ ਜ਼ਿਆਦਾ ਜਾਣਦੇ ਆ ਹੈ ਨਾ ਉਹਨੂੰ ਹਰਮਨ ਨੂੰ ਕੰਮੀ ਵਾਲੇ ਦੇ ਨਾਂ ਨਾਲ ਜਾਣਦੇ ਆ ਪਰ ਇਹਦੇ ਪਿੱਛੇ ਇੱਕ ਬਹੁਤ ਸੋਹਣੀ ਯਾਦ ਇਹ ਆ ਕਿ ਇੱਕ ਛੋਟੇ ਜਿਹੇ ਅਸਲ ਕਰੈਕਟਰ ਸੀ ਤੁਹਾਡੇ ਪਿੰਡ ਦੇ ਹਰਮਨ ਦੇ ਦਾਦਾ ਜੀ ਲੱਗਦੇ ਸੀ ਭੀਰਾ ਅਤੇ ਉਹਦਾ ਯਾਰ ਸੀ ਭਾਗੂ ਅਤੇ ਇਹ ਕਹਾਣੀ ਕਿਵੇਂ ਉਭਰੀ ਕਿਵੇਂ ਇਹ ਦਿਮਾਗ 'ਚ ਆਈ ਪਹਿਲਾਂ ਤਾਂ ਇਹਦੀ ਥੋੜ੍ਹੀ ਜੜ ਤੋਂ ਗੱਲਬਾਤ ਕਰੀਏ ਕੀ ਗੱਲ ਸੀ ਇਹ ਸਾਰੀ। ਕਹਾਣੀ ਤਾਂ ਬਈ ਇਹ ਸੀਗੀ ਕਿ ਇੱਕ ਸਿਰਫ ਸਾਡੇ ਕੋਲ ਇੱਕ ਗੱਲ ਸੀ ਵੀ ਇੱਕ ਛੜੇ ਬੰਦੇ ਨੇ ਆਪਣੀ ਭਾਬੀ ਦਾ ਮੂੰਹ ਦੇਖਣਾ ਕਿਉਂਕਿ ਹੁਣ ਤਾਂ ਫਿਰ ਬਹੁਤ ਇੰਟਰਟੇਨਮੈਂਟ ਦੇ ਸਾਧਨ ਹੋ ਗਏ ਨਾ ਸਿਨੇਮੇ ਹੋ ਗਏ ਮੋਬਾਈਲ ਹੋ ਗਏ ਬਹੁਤ ਸਿਸਟਮ ਹੋ ਗਿਆ ਜਿਹੜੇ ਪਹਿਲਾਂ ਹੁੰਦਾ ਸੀ ਤਾਂ ਸਿਨੇਮਾ ਨਹੀਂ ਹੁੰਦਾ ਸੀਗਾ ਬਹੁਤ ਸਿਸਟਮ ਹੁੰਦਾ ਸੀ ਉਦੋਂ ਹੱਸਣ ਖੇਡਣ ਲਈ ਸਿਰਫ ਦਿਓਰ ਭਰਜਾਈ ਦਾ ਰਿਸ਼ਤਾ ਬਹੁਤ ਵਧੀਆ ਮੰਨਿਆ ਜਾਂਦੀ ਪਾਕ ਪਵਿੱਤਰ ਇਹ ਰਿਸ਼ਤਾ ਸੀਗਾ ਗੰਦਾ ਮੰਦਾ ਰਿਸ਼ਤਾ ਨਹੀਂ ਸੀ ਅਤੇ ਉਹ ਹਾਸੀ ਖੇਡੀ ਦਾ ਇੱਕ ਰਿਸ਼ਤਾ ਸੀ ਅਤੇ ਉਹਦੇ ਵਿੱਚ ਇੱਕ ਉਦੋਂ ਇਹ ਵੀ ਦਿਖਾਇਆ ਜਾਂਦਾ ਵੀ ਜਿਹੜੀ ਚੁੰਨੀ ਹੈ ਉਹ ਮਤਲਬ ਕਿ ਹਾਂ ਘੁੰਡ ਹੈ ਉਹ ਇੱਕ ਨਾ ਕੀ ਕਹਿੰਦੇ ਨੇ ਆਪਾਂ ਉਹਨੂੰ ਵੀ ਸ਼ਰਮ ਦੀ ਇੱਕ ਉਹ ਹੁੰਦੀ ਸੀ ਜੀ ਲਾਈਨ ਹੁੰਦੀ ਸੀ ਨਾ ਵੀ ਵੱਡ ਵਡੇਰਿਆਂ ਤੋਂ ਇੱਕ ਬਹੁਤ ਇੱਜ਼ਤ ਹੁੰਦੀ ਸੀ ਨਾ ਵੀ ਜਦੋਂ ਘੁੰਡ ਕੱਢ ਲਿਆ ਐਂ ਸਮਝ ਲਓ ਵੀ ਉਹਦੀ ਇੱਜ਼ਤ ਕਰਦੇ ਨੇ ਆਪਾਂ ਇੱਜ਼ਤ ਕਰੀ ਜਾਂਦੀ ਹੈ ਹੈ ਨਾ ਅਤੇ ਉਹਦੇ ਵਿੱਚ ਇੱਕ ਛੜਾ ਬੰਦਾ ਸੀਗਾ ਭਾਗੂ ਉਹਦੀ ਇੱਕ ਇੱਕ ਜ਼ਿੰਦਗੀ ਜਿੱਦ ਸੀ ਵੀ ਆਪਦੀ ਭਾਬੀ ਦਾ ਮੂੰਹ ਦੇਖਣਾ ਜਿਵੇਂ ਮਰਜ਼ੀ ਦੇਖਣਾ ਭਾਬੀ ਦਾ ਮੂੰਹ ਬਸ ਉਹਦੀ ਆਹ ਗੱਲ ਸੀ ਵੀ ਭਾਬੀ ਦੇ ਮੂੰਹ ਦੇਖਣ ਤੱਕ ਉਹਦੀ ਤਸ਼ੱਦਤ ਲੱਗੀ ਸੀ ਉਦੋਂ ਬਾਅਦ ਸਾਡੇ ਨਾਲ ਹਰਮਨ ਨੇ ਮੈਨੂੰ ਗੱਲ ਦੱਸੀ ਕਹਿੰਦਾ ਵੀ ਇਹ ਇਸ ਕਰੈਕਟਰ ਤਾਂ ਕਹਿੰਦਾ ਜਿਹੜਾ ਭਾਗੂ ਹੈ ਨਾ ਸਾਡਾ ਗਵਾਂਢੀ ਹੈ। ਪਹਿਲਾਂ ਤਾਂ ਇਹ ਸਾਡੀ ਮਤਲਬ ਕਿ ਲਿਖੀ ਹੋਈ ਸਟੋਰੀ ਸੀ ਵੀ ਅਸੀਂ ਐਂ ਪ੍ਰੋਫੈਸ਼ਨਲੀ ਕਰਾਂਗੇ ਇਹ ਬਾਅਦ 'ਚੋਂ ਬਸ ਫਿਰ ਐਂ ਘੁਲ ਕੇ ਉੱਧਰ ਉੱਧਰ ਢੁੱਕਦੀ ਗਈ ਮਹਾਰਾਜ ਉੱਧਰ ਜਾਏਗੀ ਸਟੋਰੀ ਇਹ ਨਰੇਟ ਹੁੰਦੀ ਗਈ ਉਹ ਕੀ ਸਵਾਬ ਸੀ ਤੁਸੀਂ ਮੈਨੂੰ ਪਹਿਲਾਂ ਦੱਸਿਆ ਵੀ ਜਿਹੜਾ ਵੀਰਾ ਸੀ ਉਹ ਮੇਰਾ ਬਾਬਾ ਸੀ ਮੇਰੇ ਬਾਬੇ ਦਾ ਯਾਰ ਸੀ ਭਾਗੂ
असल कहानी सी मेरे दादे दे भाई दी। हां जी। बीरा मेरे दादे दे भाई दा नाम सी, थोड़ा भी दादा हां 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 उदा यार सी। भागू की गल सी, ए सारी तुसी दादे सत भाई सी? मेरे दादे भी सत भाई सी। हां सत्ता जो छे दे ता ब्याह हो गए सीगे, बीरा एंड ते रह गया दी गल्ला। बीरा रह गया दी गल्ला, ओ कहंदे छड की करांगे दा ब्याह, ओ बस रह गया बेचारा ही। अच्छा। ते फिर कहां उदा यार ती भागू, मतलब गमांडी हो गए बस। ऐ खेत खेत खूत ता नहीं, पर कठे हुंदे पिंड च हुंदे दी गरे बैठे हुंदे बाहर देलियां ते ओ गाह हो भी छड़ा दीगा भागू। अच्छा। बस ऐ करके दोस्ती दे असीं देखिया भी करैक्टर ऐ पाया, मैं फिर इनू भी छड़ा बना देने आपां। वीरे नूं जदों इह करैक्टर बणाउंदे सीगे सेम असीं नूं करैक्टर, पर आदतां नहीं हैगियां उहनां नाल मिलदियां। जिवें नाम तुरन दा लै जा, बोलण दा लै जा सेम ने गे, पर जिवें करैक्टर असीं दिखा दिंदे आ वी थोड़ा लुचपणा, ओह उवें दा नहीं सी सेम दिखाया। ओह सी मसाला करके थोड़ा बहुत, हां ओह डिट करके लाया सी थोड़ा आपदे वल्लों। थोड़ा गाली गलौज दा चलदा सी, गाली गलौज दा सेम है भाई, सेम है गाली। हां गाली कंडे कट गाल कढदा ओह। अच्छा। गालां दा सेम ने, बस ऐ वी आपदे वल्लों थोड़ा मोटा मसाला लाउणा पैंदा। अच्छा। इह हरमन ने दस्या भी मेरे बाबे दा नाम भागू वीरा हैगा, भी इधर आपां उहनूं लैणे आ भाई, ते उहदा यार भागू आ उहनूं लै लैणे आ, ते फिर इहदे घरे गालां गूलां तां नहीं पईआं हैगीआं जी वी इह दादे दी दा वाला? सारे घर दे देखदे ने। अच्छा। सारे घर दे की हुण सारा पिंड दे नूं पता हरी नूं, पर उह पता भी मसाला लाया होया। कल वी दिवाली वाले दिन उत्थे बैठे सी, दोनों इकट्ठे बैठे सी, जदों मैं उधरों हरमन दे घरों मैं डब्बा दे के पुट्ठा मुड़िया, मैं कहा यार जोड़ी बैठी है, मैं फोटो खिंची नाल दी नाल, मैं हरमन नूं भेजी, मैं हरमन जोड़ी बैठी होए। अच्छा। उन्होंने दस दिया हरमन थोड़े दादे होर? हाँ पता है भागू, पता भी साडा शुरुआत च ਜਦੋਂ ਇਹ ਪਹਿਲੇ ਪਾਠ ਤੁਸੀਂ ਪਾਉਨੇ ਹੋ ਵੀ ਤੁਹਾਡੇ ਤੇ ਤਵਾ ਲਾਤਾ ਵੀਰੇ ਤੇ ਭਾਗੂ ਦੀ ਯਾਰੀ ਦਿਖਾਤੀ ਨਾ, ਮਤਲਬ ਖਾਸੇ ਪਾਠ ਹੋ ਗਏ ਸੀ ਉਹ ਤਾਂ, ਮਤਲਬ 38-36 ਪਾਠ ਹੋ ਗਏ ਸੀ, ਫੇਰ ਪਤਾ ਲੱਗਿਆ ਵੀ ਤੁਸੀਂ ਮੇਰਾ ਨਾਮ ਲੈਣੇ ਹੋ ਕਹਿੰਦਾ ਸਾਨੂੰ ਚ। ਅੱਛਾ। ਮੈਂ ਕਾਹਨੂੰ ਬਦਲ ਕੇ ਕਰਿਆ ਹੋਇਆ ਤਾਂ ਮੈਂ ਸੇਮ ਨਹੀਂ ਹੈਗਾ। ਅੱਛਾ। ਜੋੜੀ ਤੁਸੀਂ ਦੇਖ ਲਿਓ ਵੀ ਕਿਥੋਂ ਇਹ ਬੰਦੇ ਉਭਰੇ ਆ। ਹਰਮਨ ਦਾਦਾ ਮੇਰਾ ਦਾਦਾ ਹੈਗਾ ਕਹਿੰਦਾ ਵੀਰਾ ਤੇ। ਅੱਛਾ। ਇੱਕ ਹੋਰ ਇੰਦਰ ਭਾਈ ਮੈਨੂੰ ਗੱਲ ਦੱਸਿਓ ਕਿ ਜਿਵੇਂ ਤੁਸੀਂ ਇਹ ਪਾਰਟ ਬਣਾਉਂਦੇ ਗਏ ਹਨਾ, ਸਫਲਤਾ ਦੀ ਪੂੰਜੀ ਤੁਹਾਨੂੰ ਇੱਥੇ ਹਾਸਲ ਹੋਈ ਹਨਾ ਇਹ ਪਾਰਟ ਤੋਂ? ਬਿਲਕੁਲ। ਇੱਕ ਬੜੀ ਮੈਨੂੰ ਖਾਸ ਗੱਲ ਲੱਗੀ ਕਿ ਤੁਸੀਂ ਉਹ ਆਪਣੀ ਫਿਲਮ ਦੇ ਵਿੱਚ ਇੱਕ ਪਾਤਰ ਲਏ ਸੀ ਅਲੱਗ ਅਲੱਗ ਤਰੀਕੇ ਦੇ, ਕੋਈ ਵੀਰਾ ਹੋ ਗਿਆ, ਕੋਈ ਤੂਤਾ ਹੋ ਗਿਆ ਹਨਾ, ਕੋਈ ਜੱਸਾ ਹੋ ਗਿਆ, ਤੇ ਪਰ ਉਹ ਜਿਹੜੇ ਕਿਰਦਾਰ ਸੀ ਉਹ ਲੋਕਾਂ ਨੇ ਪਿਆਰ ਕੀਤਾ ਉਹਨਾਂ ਨੂੰ, ਤੇ ਲੋਕ ਅੱਜ ਜਾਣਦੇ ਵੀ ਉਹ ਨਾਵਾਂ ਤੋਂ ਨੇ। ਜੇ ਤੁਹਾਨੂੰ ਇੰਦਰ ਕਹਿ ਦੀ ਇੰਦਰ ਨਾਂ ਤੇ ਬਹੁਤ ਘੱਟ ਜਾਣਦੇ ਹੋਣਗੇ, ਪਰ ਤੁਹਾਨੂੰ ਹਰ ਕੋਈ ਭਾਗੂ ਕਹਿ ਕੇ ਜਾਣਦਾ ਹਨਾ। ਬਿਲਕੁਲ ਜੀ। ਕਿਵੇਂ ਲੱਗਦਾ ਉਦੋਂ? ਫਿਰ ਵਧੀਆ ਸੀ ਬਾਈ ਉਹ। ਇਹਨਾਂ ਦੇ ਸਾਨੂੰ ਨਾਲ ਨਾਲ ਥੋੜ੍ਹੇ ਹਾਸੀ ਮਖੌਲੇ ਵੀ ਚਾਹੀਦੇ ਸੀਗੇ। ਇੱਕ ਜਿਵੇਂ ਜੱਸਾ ਆਇਆ, ਪਹਿਲਾਂ ਜੱਸੇ ਨੇ ਬਹੁਤ ਗਰਦ ਕੱਢੀ, ਅਤੇ ਉਦੋਂ ਬਾਅਦ ਜੱਸੇ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਈ, ਉਹ ਯਾਰ ਚੱਲੇ ਬਾਹਰ ਬੜੀ ਘੈਂਟ ਸੀਰੀਜ਼ ਕਰਕੇ, ਹੈ ਨਾ, ਸਾਡਾ ਕਿਤੇ ਕਿਤੇ ਨਾ ਮਾਣ ਨਾਲ ਸਿਰ ਉੱਚਾ ਹੁੰਦਾ ਨਾ ਵੀ ਸਾਡਾ ਭਾਈ ਹੈ ਜਿਹੜਾ ਸਾਡਾ ਜੋੜੀਦਾਰ ਹੈ, ਹੈ ਨਾ, ਵੱਡੇ ਕੰਮ ਕਰ ਰਿਹਾ ਵੱਡੇ ਪ੍ਰੋਜੈਕਟ ਕਰਕੇ, ਹੈ ਨਾ, ਅਤੇ ਪਰ ਬੰਦਾ ਬਦਲਿਆ ਨਹੀਂ ਉੱਥੇ। ਫਿਰ ਕਹਿੰਦਾ ਇੰਦਰ ਫਿਰ ਉੱਥੇ ਆ ਗਿਆ, ਕਹਿੰਦਾ ਬਾਈ ਆਪਾਂ ਫਿਰ ਇਕੱਠੇ ਕੰਮ ਕਰਾਂਗੇ, ਮਹਾਂ ਜਾ ਇਕੱਠੇ ਕੰਮ ਕੀਤਾ ਫਿਰ ਦੱਬ ਕੇ, ਹੈ ਨਾ, ਅਤੇ ਉਦੋਂ ਬਾਅਦ ਫਿਰ ਆਇਆ ਤੂਤਾ ਸਾਡੇ ਕੋਲ। ਤੂਤਾ ਹੁਣ ਵਰਲਡ ਵਾਈਡ ਫੇਮਸ ਹੈ, ਠੀਕ ਹੈ, ਪਰ ਨਾਮ ਤੁਹਾਡੀਆਂ ਫਰਮਾਂ ਵਾਲੀ ਵੱਜਦਾ ਹੈ ਨਾ, ਉਹ ਵੀ ਤੂਤਾ ਤੂਤਾ, ਉਹ ਫਨੀ ਨਾਮ ਰੱਖੇ ਹੋਏ ਸੀ ਕਰੈਕਟਰ ਉਹੀ। ਹਾਂ ਸਾਡੇ ਅਸਲ ਵਿੱਚ ਸਾਡੇ ਪਿੰਡ ਦਾ ਜਿਹੜੇ ਨੰਬਰਦਾਰ ਹੈ ਉਹਨਾਂ ਦੇ ਵੀ ਇਹ 5-6 ਜਵਾਕ ਨੇ, ਉਹਨਾਂ ਦੇ ਸਾਰੇ ਜਿਹੜੇ ਨਾਮ ਨੇ ਫਨੀ ਰੱਖੇ ਨੇ, ਯਾਦ ਜਿਵੇਂ ਮੂਲਾ ਹੋ ਗਿਆ, ਮਾਦੀ ਹੋ ਗਿਆ, ਬੱਗੜ ਹੋ ਗਿਆ, ਤੂਤਾ ਹੋ ਗਿਆ, ਉਹਨਾਂ ਦੇ ਵਿੱਚ ਅਸੀਂ ਇੱਕ ਨਾਮ ਚੱਕ ਲਿਆ ਸੀਗਾ। ਅੱਛਾ। ਇਹ ਵੀ ਪਿੰਡ ਚੋਂ ਚੱਕਿਆ ਹੋਇਆ ਨਾਮ? ਹਾਂ, ਉਹ ਤੂਤੇ ਦੀ ਜਿਹੜੀ ਪੱਗ ਬੰਨਣੀ ਸਿਸਟਮ ਕਰੈਕਟਰ ਚ ਦੱਸਣਾ ਵੀ ਇਹਨੂੰ ਆਹ ਬਣਾਉਣੇ ਨੇ ਆਹ ਬਣਾਉਣੇ, ਉਹ ਹਰਮਨ ਕਰਦਾ ਰਿਹਾ। ਬਾਕੀ ਤੂਤਾ ਖੁਦਾ ਆਪੇ ਬਹੁਤ ਕ੍ਰੀਏਟਿਵ ਹੈ।
एक बड़ी मैं गल बहुत सोहनी लगी बई अंदर एक भी करैक्टर थोड़ी फिल्म दे विच शॉर्ट फिल्म दे विच फालतू नहीं हुंदा ते बहुत वजनदार करैक्टर हुंदे आ है ना जे एक करैक्टर भी इधर उधर हो जाए कहानी चलती है नहीं कहानी जाम हो जाती है ना पर यह थोड़ी क्रिएटिविटी बहुत सोहनी रही कि तुसीं पिंडां दे ओह करैक्टर फड़े उन्हां नूं ओह जिहे किरदार दित्ते ओह करैक्टरां दे विच फिट भी आए ओह बंदे ਕਿਤੇ ਨਾ ਕਿਤੇ ਨਾ ਜਦੋਂ ਮੈਂ ਥੋੜ੍ਹਾ ਜਿਹਾ ਧੱਕਾ ਕਰ ਜਾਂਦਾ ਨਾ ਮੈਂ ਕਹਿ ਦਿੰਦਾ ਵੀ ਕਰੈਕਟਰ ਆਪਾਂ ਇੱਕ ਹੋਰ ਪਾ ਲਈਏ ਐਂ ਕਰ ਲਈਏ ਜਿਹੜਾ ਸਾਡਾ ਰਮੇਸ਼ ਹੈ ਵੀਰਾ ਕਹਿੰਦੇ ਜਿਹਨੂੰ ਰਮੇਸ਼ ਐਡੀਟਰ ਵੀ ਆ ਉਹ ਡੀ ਓ ਪੀ ਵੀ ਕਰਦਾ ਸਾਰਾ ਕੁਛ ਉਹੀ ਹੈ ਨਾ ਡਾਇਰੈਕਸ਼ਨ ਵੀ ਹੋ ਜਾਂਦਾ ਉਹ ਸਾਨੂੰ ਰੋਕ ਦਿੰਦਾ ਵੀ ਨਹੀਂ ਵੀ ਆਪਾਂ ਇੰਨੇ ਕਿਉਂ ਪਾਉਣੇ ਨੇ ਠੀਕ ਹੈ ਵੀ ਜਿਹੜੇ ਆਪਣੇ ਚੱਲਦੇ ਨੇ ਤਰੀਕੇ ਨਾਲ ਚੱਲਣ ਦਿਓ ਮਤਲਬ ਇਹ ਨਹੀਂ ਹੈਗਾ ਵੀ ਇਕੱਲਾ ਮੇਰੇ ਸਹਿਯੋਗ ਨਾਲ ਮਾਲਦਾਰ ਛੜਾ ਜਿੱਥੇ ਪਹੁੰਚੀ ਹੈ ਨਾ ਇਹਦਾ ਸਿਹਰਾ ਸਭ ਤੋਂ ਪਹਿਲਾਂ ਸਾਡੀ ਸਾਰੀ ਟੀਮ 'ਤੇ ਹੈ ਹਰਮਨ ਦੇ ਸਿਰ 'ਤੇ ਹੈ ਜੱਸੇ ਦੇ ਸਿਰ 'ਤੇ ਸਿਹਰਾ ਹੈ ਰਮੇਸ਼ ਦੇ ਸਿਰ 'ਤੇ ਸਿਹਰਾ ਹੈ ਗੁਰੂ ਸਿਰ 'ਤੇ ਸਿਹਰਾ ਹੈ ਇੱਕ ਸਾਡਾ ਨਵਾਂ ਹੁਣ ਕਰੈਕਟਰ ਆਇਆ ਸੀ ਮਿੰਟੂ ਉਹਦੇ ਵਿੱਚ ਹੈ ਅਤੇ ਕੁੜੀਆਂ ਵੀ ਸਾਡੇ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੀਆਂ ਨਾ ਉਹਨਾਂ ਸਿਰ 'ਤੇ ਹੈ ਫਿਰ ਬੱਚਾ ਖੋਚਾ ਕਿਤੇ ਪਿੱਛੇ ਖੜ ਕੇ ਮੈਂ ਜਿਹਦੇ ਵੀ ਮਾੜਾ ਮੋਟਾ ਕਾਮਯਾਬ ਹੋਇਆ ਹੈ ਨਾ ਨਹੀਂ ਸਹੀ ਗੱਲ ਹੈ ਸਹੀ ਗੱਲ ਅੱਛਾ ਇੱਕ ਹੋਰ ਮੈਨੂੰ ਗੱਲ ਦੱਸਿਓ ਬਾਈ ਹੁਣ ਇਸ ਵਕਤ ਹੈ ਨਾ ਤੁਸੀਂ ਪੀ ਕਿਤੇ ਹੋ ਚਲੋ ਖੁਸ਼ੀ ਦੀ ਗੱਲ ਆ ਬਾਈ ਸਾਰੇ ਤੁਹਾਡੇ ਚੈਨਲ ਨੂੰ ਤੁਹਾਨੂੰ ਜਾਣਦੇ ਆ ਪਰ ਇੱਕ ਚੀਜ਼ ਹਮੇਸ਼ਾ ਆਉਂਦੀ ਹੁੰਦੀ ਆ ਜਦੋਂ ਕੋਈ ਵੀ ਚੀਜ਼ ਸਕਸੈਸ 'ਤੇ ਹੋਵੇ ਤਾਂ ਲੱਤਾਂ ਖਿੱਚਣ ਵਾਲੇ ਵੀ ਬਹੁਤ ਆਉਂਦੇ ਹੁੰਦੇ ਆ ਅਤੇ ਤੁਹਾਡੀ ਟੀਮ ਬਹੁਤ ਸਟਰੋਂਗ ਆ ਤੁਸੀਂ ਦੱਸਦੇ ਹੋ ਹਾਲਾਂਕਿ ਹਲੇ ਤੱਕ ਤਾਂ ਇਕੱਠੇ ਹੋ ਤੁਸੀਂ ਕਿ ਬਹੁਤ ਸਾਰੇ ਲੋਕ ਕੰਨ ਭਰਨ ਵਾਲੇ ਜਾਂ ਲੱਤਾਂ ਖਿੱਚਣ ਵਾਲੇ ਜਾਂ ਟੀਮ ਤੋੜਨ ਵਾਲੇ ਵੀ ਆਉਂਦੇ ਆ ਬਾਲੇ ਆਉਂਦੇ ਨੇ ਮੇਰੇ ਸਾਲੇ ਦੇ ਹੁਣ ਕਾਹਨੂੰਗਾ ਦੁੱਖ ਦੀ ਰੱਖਦਾ ਹੱਥ ਰੱਖਦਾ ਕਈ ਵਾਰ ਤਾਂ ਇਹੋ ਜਿਹੇ ਆਉਂਦੇ ਨੇ ਨਾ ਮੇਰੇ ਸਾਲ ਦੇ ਵੀ ਇੱਕ ਬੰਦੇ ਦੇ ਮਗਰ ਪੈ ਗਏ ਵੀ ਉਹਨੂੰ ਬਖੇੜ ਦੀਏ ਵੀ ਉਹਨੂੰ ਉਹਦੇ ਇਹੋ ਜਿਹਾ ਪੰਪ ਭਰਨਗੇ ਉਹ ਚਾਹੇ ਜਿਹਾ ਕਰਦੇ ਨੇ ਕਦੇ ਮੇਰੇ ਕੋਲ ਆਉਂਦੇ ਨੇ ਕਦੇ ਇਹਦੇ ਕੋਲ ਜਾਂਦੇ ਨੇ ਕਦੇ ਜੱਸੇ ਕੋਲ ਵੀ ਜਾਂਦੇ ਹੋਣਗੇ ਮਤਲਬ ਕਿ ਉਹਨਾਂ ਦਾ ਕੰਮ ਇਹੀ ਹੈ ਕਿ ਟੀਮ ਨੂੰ ਕਦੋਂ ਤੋੜ ਦਈਏ ਉਹ ਬੰਦੇ ਆਪ ਤਾਂ ਕੁਛ ਨਹੀਂ ਕਰਨ ਜੋਗੇ ਹੈਗੇ ਕੁਛ ਵੀ ਨਹੀਂ ਕਰਨ ਜੋਗੇ ਆਪ ਤਾਂ ਬੰਦੇ ਹੈਗੇ ਹੁਣ ਤੂੰ ਕਹੇਂਗਾ ਤਾਂ ਹੈਗਾ ਵੀ ਕੀ ਗੱਲ ਕਰੀ ਨਾ ਫੇਸਬੁੱਕ ਹੀ ਵਿਦਵਾਨ ਨੇ ਇੱਕ ਦੋ ਅਸੀਂ ਹਾਲੇ ਉਹਨੂੰ ਮੂੰਹ ਕੋਲ ਨਹੀਂ ਦੇਖਦੇ ਅਸੀਂ ਅਸੀਂ ਟਾਪ 'ਚ ਕਾਵਾਂਗੇ ਨਾ ਮੈਂ ਕਿਹਾ ਹੱਥ ਲਾ ਲਾ ਦੇਖਣਗੇ ਉਹ ਅਸੀਂ ਦੇਖੀ ਜਾਂਦੇ ਵੀ ਹਾਲੇ ਟਿਕ ਜਾਓ ਤੁਸੀਂ ਕਾਹਨੂੰ ਹੈ ਨਾ ਵੀ ਚਲੋ ਪਰਮਾਤਮਾ ਨੇ ਸਭ ਨੂੰ ਰੋਜ਼ੀ ਰੋਟੀ ਬਖਸ਼ੀ ਹੈ ਮੇਰੀ ਮਾਂ ਕਹਿੰਦੀ ਹੁੰਦੀ ਕਹਿੰਦੀ ਪੁੱਤ ਕਦੇ ਢੂਹੀ 'ਤੇ ਲੱਤ ਮਾਰਦੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਕਦੇ ਢਿੱਡ 'ਤੇ ਲੱਤ ਕਦੇ ਜ਼ਿੰਦਗੀ 'ਚ ਨਾ ਮਾਰੀ ਠੀਕ ਹੈ ਨਾ ਅਤੇ ਮੈਂ ਆਪਾਂ ਕਾਹਨੂੰ ਵੀ ਕਾਹਨੂੰ ਕਿਸੇ ਫੇਸਬੁੱਕ 'ਤੇ ਕਾਹਨੂੰ ਕਿਸੇ ਨੂੰ ਬੋਲਣਾ ਅਸੀਂ ਚੁੱਪ ਬੈਠੇ ਸਾਰੇ ਵੀ ਨਹੀਂ ਬੋਲਦੇ ਨਾ ਪਰ ਸਾਨੂੰ ਬਾਬੇ ਇਕੱਲੇ ਇਕੱਲੇ ਬੰਦੇ ਮੈਨਸ਼ਨ ਨੇ ਵੀ ਜਿਹੜੇ ਕਿਹੜੇ ਕਿਹੜੇ ਸਾਡੇ ਟੀਮਾਂ ਤੋੜਨ ਨੂੰ ਫਿਰਦੇ ਨੇ ਕਿਹੜੇ ਨਹੀਂ ਤੋੜਨ ਨੂੰ ਫਿਰਦੇ ਬਸ ਮੈਂ ਤੁਹਾਨੂੰ ਕਹਿਣਾ ਬਾਜ ਆ ਜਾਓ ਹੈ ਨਾ ਕਿਉਂਕਿ ਜਿਹੜੇ ਸਾਡੇ ਬੰਦੇ ਨੇ ਬਾਈ ਮਨੀ ਇੱਟ ਵਾਂਗੂ ਪੱਕੇ ਨੇ ਬੰਦੇ ਉਹ ਉਹਨਾਂ ਨੇ ਬਾਈ ਗਰੀਬੀਆਂ ਦੇਖੀਆਂ ਹੋਈਆਂ ਨੇ ਵੀਰੇ ਨੇ ਗਰੀਬੀ ਦੇਖੀ ਹੋਈ ਹੈ ਵੀਰੇ ਨੇ ਸੁੱਖ ਨਾਲ ਹੁਣ ਘਰ ਪਾਇਆ ਹੁਣ ਅੱਜ ਕਿਤੇ ਉਹ ਵਧੀਆ ਲੈਵਲ 'ਤੇ ਜਾਣ ਲੱਗਿਆ ਹੈ ਨਾ ਜੱਸੇ ਦਾ ਕਿਤੇ ਅੱਜ ਨਾਮ ਬਣਨ ਲੱਗਿਆ ਜੱਸਾ ਛੋਟੇ ਜਿਹੇ ਘਰ 'ਚ ਉੱਠਿਆ ਸੀ ਦਰਜੀਆਂ ਦਾ ਮੁੰਡਾ ਸੀ ਹੈ ਨਾ ਤੂੰ ਤਾਂ ਛੋਟੇ ਜਿਹੇ ਘਰ 'ਚ ਉੱਠੇ ਤੂੰ ਤਾਂ ਆਪ ਦੱਸਦਾ ਕਹਿੰਦਾ ਦਾੜੀ ਕਟਾਉਣ ਨੂੰ ਪੈਸੇ ਨਹੀਂ ਗੇ ਸੀ ਠੀਕ ਹੈ ਠੇਕੇਦਾਰ ਸੀ ਉਹ ਠੇਕੇਦਾਰ ਸੀ ਇਹ ਬੜੀ ਗਰੀਬੀ 'ਚ ਉੱਠਿਆ ਹੋਇਆ ਮੈਂ ਬੜੀ ਗਰੀਬੀ 'ਚ ਉੱਠਿਆ ਅਸੀਂ ਗਰੀਬੀਆਂ ਦੇਖ ਦੇਖ ਅੱਜ ਆਹ ਦਿਨ ਹਾਸਲ ਕੀਤੇ ਹੋਏ ਨੇ ਠੀਕ ਹੈ ਜਿਹੜੇ ਸਾਡੇ 'ਚ ਆ ਕੇ ਅੱਜ ਟੀਮਾਂ ਤੋੜਨੀਆਂ ਗੱਲਾਂ ਕਰਦੇ ਨੇ ਕਦੇ ਮੈਨੂੰ ਉੱਧਰ ਬੁਲਾ ਕੇ ਲੈ ਗਏ ਕਦੇ ਜੱਸੇ ਨੂੰ ਉੱਧਰੋਂ ਬੁਲਾ ਕੇ ਲੈ ਗਏ ਕਦੇ ਧੂਤੇ ਨੂੰ ਉੱਧਰੋਂ ਖਿੱਚ ਕੇ ਲੈ ਗਏ ਕਦੇ ਵੀਰੇ ਨੂੰ ਉੱਧਰੋਂ ਖਿੱਚ ਕੇ ਲੈ ਗਏ ਉਹਨੂੰ ਇਹ ਨਹੀਂ ਪਤਾ ਵੀ ਖਿੱਚ ਕੇ ਤਾਂ ਲੈ ਜਾਂਦੇ ਤੁਸੀਂ ਪਰ ਇਹ ਬੰਦੇ ਇਕੱਠੇ ਜੁੜੇ ਹੋਏ ਨੇ ਇੱਕ ਦੂਜੇ ਨਾਲ ਗੱਲ ਸ਼ੇਅਰ ਕਰਦੇ ਹਾਂ ਅਸੀਂ ਠੀਕ ਹੈ ਨਾ ਚੁਗਲੀਆਂ ਚਗਲੀਆਂ ਵਾਲੇ ਬਾਬੇ ਉਹ ਬਾਜ ਆ ਜਾਓ ਸਾਨੂੰ ਸਭ ਪਤਾ ਲੱਗਦਾ ਕਿਹੜਾ ਬੰਦਾ ਚੁਗਲੀ ਕਰਦਾ ਕਿਹੜਾ ਨਹੀਂ ਕਰਦਾ ਉਦੋਂ ਦੁੱਖ ਹੁੰਦਾ ਹੁੰਦਾ ਵੀ ਇਹ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਵੀ ਇਹ ਇਹਦੇ ਪਿੱਛੇ ਕਿੰਨੇ ਸਾਲਾਂ ਦੀ ਮਿਹਨਤ ਆ ਇਹਨਾਂ ਨੂੰ ਇਕੱਠੇ ਪਰਾਉਣ 'ਚ ਵੀ ਇੱਕ ਮਿਹਨਤ ਹੁੰਦੀ ਆ ਸਭ ਤੋਂ ਵੱਡਾ ਤੁਸੀਂ ਬੰਦੇ ਇਕੱਠੇ ਕਰ ਲੈ ਉਹਨੂੰ ਇਕੱਠੇ ਰੱਖ ਕਰਕੇ ਰੱਖਣਾ ਕਿਵੇਂ ਆ ਇਹ ਸਭ ਤੋਂ ਵੱਡੀ ਸਾਲਾਂ ਸਾਲ ਲੱਗ ਗਏ ਬਾਈ ਜੀ ਫਿਰ ਉਦੋਂ ਸਾਲਾਂ ਦੇ ਸਾਲ ਲੱਗ ਗਏ ਬਿਲਕੁਲ ਪਛਤਾਵਾ ਹੁੰਦਾ ਜਦੋਂ ਆਪਦਾ ਹੱਥੀ ਲਾਇਆ ਬੂਟਾ ਕੋਈ ਵੱਢ ਕੇ ਲੈ ਜਾਂਦਾ ਜਦੋਂ ਆਪਦਾ ਹੱਥੀ ਲਾਇਆ ਬੂਟਾ ਕੋਈ ਬੰਦਾ ਵੱਢ ਦਿੰਦਾ ਉਹਦਾ ਪਛਤਾਵਾ ਹੁੰਦਾ ਬਾਈ ਠੀਕ ਹੈ ਕੋਈ ਵੀ ਬੰਦਾ ਦਰਖਤ ਲਾਉਂਦਾ ਬੂਟਾ ਲਾਉਂਦਾ ਫਲਦਾਰ ਬੂਟਾ ਲਾਉਂਦਾ ਉਹ ਫਲ ਖਾਣ ਲਈ ਲਾਉਂਦਾ ਹੈ ਨਾ ਵੀ ਇਹਦੇ ਮੈਂ ਫਲ ਖਾਣਾ ਹੈ ਨਾ ਮੈਨੂੰ ਵਧੀਆ ਲੱਗੂਗਾ ਪਰ ਜੇ ਉਹ ਫਲ ਹੋਣ ਤੋਂ ਪਹਿਲੇ ਵੱਢ ਕੇ ਲੈ ਜੇ ਫਿਰ ਇਹ ਲੋਕਾਂ ਦਾ ਦਸਤੂਰ ਆ ਬਾਈ ਇਹ ਮਤਲਬ ਕਿ ਲੱਤ ਖਿੱਚਣ ਵਾਲੇ ਬਹੁਤ ਹੁੰਦੇ ਨੇ ਵੀ ਜਿਹਨਾਂ ਦਾ ਕੰਮ ਇਹੀ ਹੈ ਸਵੇਰੇ ਉੱਠ ਕੇ ਸੋਚਣਾ ਵੀ ਅੱਜ ਕਿਹਦੀ ਜ਼ਿੰਦਗੀ 'ਚ ਵਪਾਰ ਲਿਆਉਣਾ ਅਤੇ ਉਹ ਬੰਦਿਆਂ ਦਾ ਫਿਰ ਕੰਮ ਇਹੀ ਹੈ ਉਹ ਆਪ ਤਾਂ ਕੁਛ ਕਰ ਨਹੀਂ ਸਕਦੇ ਇਸ ਵਾਲੀ ਲੱਤਾਂ ਖਿੱਚਣ ਜੋਗੇ ਅਤੇ ਲੱਤਾਂ ਹੀ ਖਿੱਚਣਗੇ ਸਾਰੀ ਜ਼ਿੰਦਗੀ ਆਪ ਕੁਛ ਕਰ ਨਹੀਂ ਸਕਦੇ ਸਹੀ ਗੱਲ ਅੱਛਾ ਇੱਕ ਹੋਰ ਬੜੀ ਮੈਨੂੰ ਤੁਹਾਡੀ ਯਾਰੀ ਬੜੀ ਕਮਾਲ ਦੀ ਲੱਗਦੀ ਆ ਤੁਹਾਡੀ ਦੋਨਾਂ ਦੀ ਅਤੇ ਆਪ ਪਿੱਛੇ ਇੰਟਰਵਿਊ ਵੀ ਮੈਂ ਕੀਤੀ ਉਦੋਂ ਤੁਸੀਂ ਹਰਮਨ ਬਾਰੇ ਦੱਸਿਆ ਸੀ ਕਿ ਇਹ ਸ਼ਖਸ ਉਦੋਂ ਦਾ ਜਦੋਂ ਚੈਨਲ ਸ਼ੁਰੂ ਵੀ ਨਹੀਂ ਕਰਿਆ ਸੀ ਪੈਸੇ ਵੀ ਜੇਬ 'ਚ ਨਹੀਂ ਹੁੰਦੇ ਸੀ ਬਿਲਕੁਲ ਆਪਦੀ ਫੀਸ ਲਿਆ ਕੇ ਦੇ ਦਿੰਦਾ ਸੀ ਹੈ ਨਾ ਪਰ ਅੱਜ ਵੀ ਤੁਹਾਡੀ ਯਾਰੀ ਕਾਇਮ ਹੈ ਮੈਂ ਤੁਹਾਡੀਆਂ ਸਟੋਰੀਆਂ ਦੇਖੀਆਂ ਵਟਸਐਪ 'ਤੇ ਦੇਖੀਆਂ ਸਟੇਟਸ ਦੇਖੇ ਤੁਹਾਡੇ ਹੈ ਨਾ ਕਿ ਜਿੱਥੇ ਤੁਸੀਂ ਜਾਂਦੇ ਉੱਥੇ ਨਾਲ ਹਰਮਨ ਹੁੰਦਾ ਹੀ ਹੁੰਦਾ ਹੈਗਾ ਇਹ ਯਾਰੀ ਦੋਸਤੀ ਐਡੀ ਗੂੜੀ ਕਿਵੇਂ ਆ ਉਮਰਾਂ ਦਾ ਭਾਵੇਂ ਇਹ 'ਚ ਫਰਕ ਆ ਪਰ ਤੁਹਾਡਾ ਪਿਆਰ ਬਹੁਤ ਆ ਨਹੀਂ ਉਮਰਾਂ ਨਹੀਂ ਮੈਟਰ ਕਰਦੀਆਂ ਮਨੀ ਬਾਈ ਇਹ 'ਚ ਇਹ 'ਚ ਲੋਇਲਟੀ ਮੈਟਰ ਕਰਦੀ ਹੈ ਇਹ ਮੇਰੇ ਲਈ ਇਮਾਨਦਾਰ ਹੈ
ਅਸੀਂ ਈਵਨ ਕਿ ਕੋਈ ਗੱਡੀ ਦੀ ਕੋਈ ਕੰਮ ਕਰਾਉਣਾ ਹੋਵੇ, ਗੱਡੀ ਦੀ ਅਸੀਂ ਸਰਵਿਸ ਵੀ ਕਰਾਉਣੀ ਹੈ ਤਾਂ ਵੀ ਇੱਕ ਦੂਜੇ ਨੂੰ ਪਤਾ ਹੁੰਦਾ, ਮਤਲਬ ਕਿ ਅੱਜ ਕਿਤੇ ਅੱਜ ਮੈਂ ਕਿੱਥੇ ਹਾਂ ਇਹਨੂੰ ਪਤਾ, ਇਹ ਕਿੱਥੇ ਅੱਜ ਮੈਨੂੰ ਪਤਾ, ਹਰ ਇੱਕ ਗੱਲ ਸਾਨੂੰ ਇੱਕ ਇੱਕ ਬੰਦੇ ਦੀ ਇੱਕ ਇੱਕ ਦੋਨਾਂ ਦੀ ਇੱਕ ਇੱਕ ਚੀਜ਼ ਪੁਆਇੰਟ ਪਤਾ ਵੀ ਬੰਦਾ ਕਿੱਥੇ ਹੈ, ਕੀ ਕਰਦਾ ਕੀ ਨਹੀਂ ਕਰਦਾ। ਕੋਈ ਗੱਡੀ ਲੈਣੀ ਹੈ ਤਾਂ ਅਸੀਂ ਦੋਨਾਂ ਡਿਸਕਸ ਕਰਨੀ, ਤਾਂ ਮੋਬਾਈਲ ਲੈਣਾ ਤਾਂ ਡਿਸਕਸ ਕਰਨੀ ਹੈ, ਕੁਛ ਵੀ ਵਿੱਚ ਵਿੱਚ ਬੰਦੇ ਹੁਣ ਸਾਨੂੰ ਇਹ ਵੀ ਗੱਲ ਕਰਦੇ ਨੇ ਵੀ ਇੰਦਰ ਵੀ ਤੂੰ ਬਾਹਰ ਚੱਲ ਗਿਆ ਵੀ ਹਰਮਨ ਰਹਿ ਗਿਆ ਔਰ ਹਰਮਨ ਦਾ ਵੀਜ਼ਾ ਲੱਗਿਆ, ਮੈਨੂੰ ਵੀ ਕਹਿੰਦੇ ਰਹੇ ਵੀ ਉਹ ਬਾਗੇ ਤੈਨੂੰ ਨੀ ਲੈ ਕੇ, ਮਹਾ ਬੋਹੇ ਬਲਾਡੇ ਥੋੜੀ ਜਾਣਾ ਸੀਗਾ ਤੇ ਬਾਬਾ ਸੁੱਖ ਰੱਖੇ ਬਹੁਤ ਛੇਤੀ, ਅੱਜ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਮੈਂ ਤੇ ਹਰਮਨ ਬਹੁਤ ਵੱਡੀ ਕੰਟਰੀ ਜਾਊਗਾ ਨਾ, ਮੇਰਾ ਵੀ ਏਮ ਹੈ, ਮੇਰਾ ਵੀ ਸੁਪਨਾ ਹੈ ਕਿ ਇਹ ਵਧੀਆ ਤਰੀਕੇ ਨਾਲ ਜਾਵੇ ਤੇ ਮਾੜੇ ਤਰੀਕੇ ਨਾਲ ਨਾ ਜਾਵੇ, ਤੇ ਜਾਊਗਾ ਵੀ ਬਾਬਾ ਮਿਹਰ ਕਰੇ ਹੈ ਨਾ। ਥੋੜ੍ਹੇ ਦਿਨ ਤੁਸੀਂ ਦੇਖੋਗੇ ਸਟੋਰੀਆਂ ਦੇਖੋਗੇ ਨਾ, ਤੇ ਵੀਰਾ ਬਾਬਾ ਜ਼ਿੰਦਗੀ 'ਚ ਪਹਿਲੀ ਵਾਰ ਫਲਾਈਟ ਬੈਠੂਗਾ, ਉਹਦੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ ਹੈਗਾ ਜਿਹੜੇ ਰਹਿ ਗਏ। ਹਾਂ ਬਹੁਤ ਸਾਰੇ ਲੋਕ ਮੈਨੂੰ ਵੀ ਕਹਿਣ ਵਾਲੇ ਆਏ ਹਨਾ ਵੀ ਉਹ ਆਪ ਵਗ ਗਏ ਤੈਨੂੰ ਇੱਥੇ ਛੱਡ ਗਏ, ਤੇ ਕੁਛ ਕੁ ਬੰਦੇ ਤੁਹਾਡੇ ਇੱਥੇ ਰਹਿ ਵੀ ਗਏ ਸੀ ਹਨਾ ਵੀ ਉਹ ਵਗ ਗਏ ਤੁਸੀਂ ਇੱਥੇ ਰਹਿ ਗਏ, ਇਹ ਕੰਨ ਭਰਨ ਵਾਲੇ ਉਦੋਂ ਵੀ ਆਏ ਫਿਰ ਬਹੁਤ, ਉਹਨਾਂ ਦਾ ਕੰਮ ਇਹੀ ਆ ਮਨੀ ਬਾਈ, ਲੋਕਾਂ ਦਾ ਕੰਮ ਇਹੀ ਹੈ, ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜਾ ਬਾਹਰ ਜਾਣ ਦਾ ਪ੍ਰੋਸੈਸ ਹੈ ਉਹ ਇੱਕ ਰਿਸ਼ਤੇ ਨਾਲੋਂ ਅਲੱਗ ਹੈ। ਉੱਧਰਲੀ ਗਵਰਨਮੈਂਟ ਨੇ ਦੇਖਣਾ, ਉੱਧਰਲੀ ਅੰਬੈਸੀ ਨੇ ਦੇਖਣਾ ਵੀ ਕਿਹੜੇ ਬੰਦੇ ਦੇ ਪੇਪਰ ਸਹੀ ਨੇ ਕਿਹੜੇ ਬੰਦੇ, ਕਈ ਵਾਰ ਉਮਰਾਂ 'ਚ ਫਰਕ ਰਹਿ ਜਾਂਦਾ, ਹੁਣ ਜਿਹੜਾ ਬੰਦਾ 40 ਦੇ ਲਵੇ ਲੱਗੇ ਲਵੇ ਲਾਉਣੇ ਆ ਤੇ ਉਹਨੂੰ ਵੀਜ਼ਾ ਜਲਦੀ ਮਿਲ ਜਾਂਦਾ, ਜਿਹੜਾ ਬੰਦਾ ਹੁਣ 20 ਸਾਲ ਦੇ ਹੈ ਉਹਨੂੰ ਵੀਜ਼ਾ ਥੋੜ੍ਹਾ ਜਿਹਾ ਲੇਟ ਮਿਲਦਾ। ਇਹਦਾ ਮਤਲਬ ਇਹ ਥੋੜ੍ਹੇ ਵੀ ਅਸੀਂ ਹੱਥ ਛੱਡਤਾ ਕਿ ਦੂਜੇ ਦਾ ਜਾ ਉਹ ਛੱਡਤਾ, ਜਾਵਾਂਗੇ ਸਾਰੇ ਜਾਵਾਂਗੇ, ਥੋੜ੍ਹੇ ਦਿਨ ਦੇਖੇ ਤੁਸੀਂ ਤੇ ਹਰਮਨ ਤੇ ਵੀਰਾ ਬਾਬਾ ਇਕੱਠੇ ਜਾ ਰਹੇ ਨੇ, ਕਿਤੇ ਸਰਪ੍ਰਾਈਜ਼ ਹੈ, ਚੰਗੀ ਗੱਲ, ਵਧੀਆ ਕੰਟਰੀਜ਼ ਆ ਨੇ ਤੇ ਇੰਜੋਏ ਕਰਕੇ ਆਉਂਗੇ ਫੁੱਲ। ਅੱਛਾ ਬਾਈ ਇੰਦਰ ਉਹ ਗੱਲ ਮੈਨੂੰ ਜ਼ਰੂਰ ਸਾਂਝੀ ਕਰਿਓ, ਉਦੋਂ ਕਿਹੋ ਜਿਹਾ ਅਹਿਸਾਸ ਰਿਹਾ ਜਦੋਂ ਇੱਕ ਆਮ ਪਿੰਡਾਂ 'ਚ ਰੁਲਦਾ ਖੁਲਦਾ ਮੁੰਡਾ ਸੀਗਾ, ਮਾਂ ਨੂੰ ਲੋਕ ਤਾਨੇ ਮਿਹਣੇ ਦਿੰਦੇ ਸੀ ਹਨਾ, ਤੇ ਉਹ ਬਾਹਰ ਦੇ ਸਫ਼ਰ ਕਰਨ ਲੱਗਿਆ, ਬਾਹਰ ਜਾ ਕੇ ਸ਼ੋਅ ਲਾਉਣ ਲੱਗਿਆ, ਵੱਡੇ ਵੱਡੇ ਗਾਣਿਆਂ 'ਚ ਆਉਣ ਲੱਗਿਆ, ਫਿਲਮਾਂ 'ਚ ਆਉਣ ਲੱਗਿਆ, ਉਹ ਕਿਹੋ ਜਿਹਾ ਅਹਿਸਾਸ ਰਿਹਾ? ਵਧੀਆ ਸੀ ਬਾਈ, ਕਿਤੇ ਨਾ ਕਿਤੇ ਜੀ ਮੈਨੂੰ ਵਧੀਆ ਲੱਗਿਆ ਸੀ, ਕਿਉਂਕਿ ਮੇਰੀਆਂ ਮਾਂ ਦੀਆਂ ਦੁਆਵਾਂ ਨੇ ਨਾ ਵੀ ਬਹੁਤ ਕੁਛ ਕੀਤਾ। ਜਦੋਂ ਮੈਂ ਉੱਥੇ ਸ਼ੋਅ ਲਾਉਣ ਗਿਆ ਸੀਗਾ, ਮੇਰੇ ਪਹਿਲੇ ਦਿਨ ਲੱਤਾਂ ਕੰਬ ਰਹੀਆਂ ਸੀ ਉਸ ਦਿਨ, ਕਿਉਂਕਿ ਬਾਈ ਮੈਂ ਕਦੇ ਸਟੇਜ ਸ਼ੋਅ ਨਹੀਂ ਲਾਇਆ ਸੀ ਜ਼ਿੰਦਗੀ 'ਚ ਹੈ ਨਾ, ਮੈਂ ਹਾਂ ਇੱਕ ਕੈਮਰੇ ਅੱਗੇ ਕੰਮ ਕਰਨਾ ਕੁਛ ਹੋਰ ਚੀਜ਼ ਹੈ, ਸਟੇਜ 'ਤੇ ਕੰਮ ਕਰਨਾ ਲੋਕਾਂ ਅੱਗੇ ਪਰਫੋਰਮ ਕਰਨਾ ਕੁਛ ਹੋਰ ਚੀਜ਼ ਹੈ ਨਾ। ਅਤੇ ਮੈਂ ਉੱਥੋਂ ਬੈਠੇ ਹੀ ਮੇਰੀ ਮਾਂ ਨੂੰ ਫੋਨ ਕੀਤਾ, ਮੈਂ ਹਾਂ ਬੀਬੀ ਵੀ ਐਂ ਕਰਕੇ ਬਾਬੇ ਭਾਈ ਮੂਲ ਦੇ ਮਹਾਂ ਜੋਤ ਲਾਏ, ਮਹਾਂ ਮਹਾਂ ਅਰਦਾਸ ਕਰਕੇ ਆਏ ਵੀ ਮੇਰੇ ਵੀ ਮੇਰੇ ਪੱਗ 'ਤੇ ਸਿਰ 'ਤੇ ਹੱਥ ਰੱਖਣਾ ਨਾ, ਵੀ ਮੈਂ ਡੋਲ ਨਾ ਜਾਵਾਂ ਕਿਤੇ ਜਾ ਕੇ। ਅਤੇ ਮੇਰੀ ਮਾਂ ਉਸੇ ਟਾਈਮ ਗਈ ਨਾਲ ਦੀ ਨਾਲ ਅਰਦਾਸ ਬੇਨਤੀਆਂ ਕਰਕੇ ਆਈ, ਅਤੇ ਗੁਰੂ ਘਰ ਵੀ ਅਰਦਾਸ ਬੇਨਤੀਆਂ ਕਰਕੇ ਆਈ, ਮਤਲਬ ਕਿ ਅਸੀਂ ਜਾਣ ਤੋਂ ਪਹਿਲਾਂ ਵੀ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਵੀ ਮੈਂ ਬੜੀਆਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਮਿੰਨਤਾਂ ਕਰੀਆਂ ਨਾ ਵੀ ਬਾਬਾ ਵੀ ਪਹਿਲੀ ਵਾਰ ਆਇਆ ਹੈ ਨਾ, ਵੀ ਇਹ ਨਾ ਹੋਵੇ ਕਿਤੇ ਵੀ ਲੋਕ ਬੇਇੱਜ਼ਤੀ ਕਰ ਜਾਣੇ ਹੈ ਨਾ, ਪਰ ਮਹਾਰਾਜ ਦੀ ਐਡੀ ਕਿਰਪਾ ਰਹੀ ਵੀ ਬੱਲੇ ਬੱਲੇ ਕਰਾਤੀ ਉੱਥੇ ਵੀ ਠੀਕ ਹੈ। ਅਤੇ ਧੰਨਵਾਦ ਉਹਨਾਂ ਆਸਟ੍ਰੇਲੀਆ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਪ੍ਰਵਾਨ ਕੀਤਾ ਬਾਈ, ਹੈ ਨਾ ਸਾਡੀ ਟੀਮ ਨੂੰ ਪ੍ਰਵਾਨ ਕੀਤਾ, ਅਸੀਂ ਬਾਈ ਨਹੀਂ ਦੇਣ ਦੇ ਸਕਦੇ ਜਿਹੜਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਉਹਨਾਂ ਦਾ ਵੀ ਦੇਣ ਨਹੀਂ ਦੇ ਸਕਦੇ ਹੈ ਨਾ। ਅੱਛਾ ਇੰਦਰ ਬਾਈ ਉਹ ਆਪਦੇ ਬਚਪਨ ਦੇ ਹਾਲਾਤਾਂ 'ਤੇ ਜ਼ਰੂਰ ਝਾਤੀ ਪਾਇਓ, ਸ਼ਾਇਦ ਉਹ ਇੰਟਰਵਿਊ ਕਈਆਂ ਨੇ ਦੇਖੀ ਹੋਣੀ ਕਈਆਂ ਨੇ ਨਹੀਂ ਦੇਖੀ ਹੋਣੀ, ਬਚਪਨ 'ਚ ਕਿਹੋ ਜਿਹੇ ਹਾਲਾਤ ਰਹੇ ਸੀ ਪਰਿਵਾਰ ਦੇ? ਤੁਸੀਂ ਦੱਸ ਦਿਓ ਕਿ ਪਿਓ ਤਾਂ ਪਹਿਲਾਂ ਹੀ ਛੱਡ ਕੇ ਚੱਲ ਗਿਆ ਸੀ, ਭੈਣਾਂ ਸੀ ਸਿਰ 'ਤੇ, ਤੁਸੀਂ ਇਕੱਲੇ ਸੀ, ਮਾੜੇ ਸੀ ਬਾਈ, ਕੀ ਹਾਲਾਤ ਸੀ ਪਹਿਲਾਂ? ਮਾੜੇ ਹਾਲਾਤ ਸੀ ਬਾਈ, ਸਾਰਿਆਂ ਨੂੰ ਸਾਡੇ ਸਾਰੇ ਪਿੰਡ ਨੂੰ ਪਤਾ ਬਾਈ, ਕਿਹੜਾ ਕੋਈ ਲੁਕੀ ਹੋਈ ਗੱਲ ਹੈ ਨਾ। ਬਸ ਪਹਿਲਾਂ ਵੀ ਦੱਸੀ ਤੀ ਇੰਟਰਵਿਊ 'ਚ ਗੱਲ ਵੀ ਬਾਈ ਘਰ 'ਚ ਪਾਣੀ ਆ ਵੜਦਾ ਸੀ ਬਾਈ ਸਿਸਟਮ 'ਚ, ਵੀ ਸਭ ਕੁਝ ਖਤਮ ਸੀ ਬਾਈ ਯਾਰ, ਹੁਣ ਵਾਰ ਵਾਰ ਉਹੀ ਗੱਲਾਂ ਕਰਾਂਗੇ ਆਪਾਂ ਵੀ ਸਾਰਾ ਕੁਛ ਖਤਮ ਸੀ, ਮੇਰੀਆਂ ਮਾਂ ਦੀਆਂ ਦੁਆਵਾਂ ਅਤੇ ਇੱਕ ਮੇਰੀ ਦੋਸਤ ਸੀ ਕੁੜੀ ਜਿਹਦਾ ਮੈਂ ਅਕਸਰ ਇੰਟਰਵਿਊ 'ਚ ਜ਼ਿਕਰ ਕਰ ਦਿੰਦਾ, ਕੌਰ ਬੱਟਰ ਨਾਂ ਦੀ ਕੁੜੀ ਹੈ ਨਾ, ਅਤੇ ਉਹਨੇ ਬੜੀ ਮੇਰਾ ਸਾਥ ਦਿੱਤਾ ਯਾਰ ਕੁੜੀ ਨੇ, ਜ਼ਰੂਰੀ ਨਹੀਂ ਹੁੰਦਾ ਕਿ ਸਾਥ ਦੇਣ ਵਾਲੀ ਕੁੜੀ ਕੋਈ ਗਲਤੀ ਹੋ ਗਈ ਨਾ, ਅਤੇ ਉਹ ਦੋਸਤ ਵੀ ਹੋ ਸਕਦੀ ਚੰਗੀ ਇੱਕ ਹੈ ਨਾ, ਬਹੁਤ ਚੰਗੀ ਦੋਸਤ ਆ ਮੇਰੀ, ਅਤੇ ਮੇਰਾ ਸਾਥ ਬਹੁਤ ਦਿੱਤਾ, ਜਿੱਥੇ ਮੈਂ ਡੋਲ ਜਿਹਾ ਕਰਾਂ ਮੈਨੂੰ ਉੱਥੋਂ ਕਿਹਾ ਕਰੋ ਨਹੀਂ ਚੱਲ ਉੱਠ, ਕਈ ਵਾਰ ਮੈਂ ਡੋਲਿਆ ਵੀ ਹਾਂ, ਮੈਂ ਰੋ ਵੀ ਪੈਂਦਾ ਸੀ ਕਈ ਵਾਰ, ਅਤੇ ਵੀ ਐਂ ਕਰਕੇ ਐਂ ਹੋ ਗਿਆ, ਮੈਨੂੰ ਕਹਿੰਦੀ ਨਹੀਂ ਚੱਲ, ਉਹਨੇ ਅੱਜ ਤੱਕ ਮੇਰਾ ਹੁਣ ਤੱਕ ਮੇਰਾ ਸਾਥ ਦਿੰਦੀ ਰਹੀ ਆ ਉਹ ਬਹੁਤ ਜ਼ਿਆਦਾ, ਅੱਜ ਤੱਕ ਕੈਮਰੇ ਸਾਹਮਣੇ ਨਹੀਂ ਕਦੀ ਆਈ ਹੈਗੀ, ਪਰ ਐਂ ਲਾ ਲਓ ਵੀ ਜਿਵੇਂ ਆਪਾਂ ਕਦੇ ਰੱਬ ਨਹੀਂ ਦੇਖਿਆ ਹੁੰਦਾ ਹੈਗਾ, ਰੱਬ ਨੂੰ ਦੇਖ ਨਹੀਂ ਸਕਦੇ,
मैं तो अंदर भी नहीं देख सकता वो कि विशाल अंदर है ना उन्हें बहुत साथ दिता मेरा। अच्छा अजो भैन अजो माँ माण कर दी कि अज साडे भाई ने की तो की हड़ा सी साडे अज कित्थे बैठे हां सी कित्थे तक पहुंचाते साडे भरा ने। हाँ भाई माण तो होंदी है भैणां नूं माण क्यों ना हो ठीक है अज मेरी भैणा ने बड़ा माण है उन्होंने मेरे है ना। किन्नी भैणां ने तुहाडे? मेरे तीन भाई। अच्छा हाँ जी तीन भैणां ने तिना नूं बड़ा माण है मेरे है ना भी जो आ हूँ बहर गया सीगा हूँ सारिया आईया सीगिया। अच्छा खुद मेरा जिहड़ा जीजा सीगा वह कहिंदा हुंदा सीगा वी साला इह कुछ नहीं कर सकदा गा वह मैं आपदे मूँह ते फोन ते मन्निया कि दिन कहिंदा लोग तो कहिंदी कहिंदे तैनूं तो मैं भी कहिंदा वी साला तू कुछ नहीं कर सकदा कहिंदा हुण मैनूं जदों लोग कहिंदे ने वी ऐ करके वी आ तेरा रिश्तेदार है कहिंदा हुण साला मैनूं माण जिहा महसूस हुंदा वी हाँ इह मेरा रिश्तेदार है। अच्छा उह भैणां ने किन्ने कु शगन मनाए जिद्दण जाणा? बहुत ज्यादा उह तां यार उह तां कहिंदे ने बस वी वी भाई तरक्की कर उहदी ठीक है दब्बी चल बार बूर दी तां कोई सानूं इन्ना उह नहीं क्योंकि उहनां तां इत्थे सी भाई जिंदगी च बस ये सीगा भी कई बार लोग कहते भी जहाज चढ़ के देखे कहे जा हुंदा जहाज वाला एक्सपीरियंस वधिया थी कदे सोचा सी पहला भी इत्थे तक भी सफर हो जाएंगे इत्थे तक भी पहुंच जाएंगे? नहीं भाई सोचा तो होया सी चीज भी जाना तो जरूर है एक बार सारी कंट्रियां घूमनिया ने पहला नहीं गरीबी टाइम नहीं सोचा गरीबी टाइम दी गल कर गरीबी टाइम नहीं उदों तो भाई ऐ हुंदा जी दो रोटी जुड़ जाए दो टाइम दी बहुत है दुध नूं पैसे नहीं हुंदे सी लिआउण नूं भाई करें कई बार है ना ते बस ऐ करके ਹੌਲੀ ਹੌਲੀ ਪਰਮਾਤਮਾ ਨੇ ਬਾਂਹ ਫੜੀ ਅੱਜ ਕੁਛ ਕੱਲ ਕੁਛ ਤੇ ਮਿਹਰ ਹੋ ਗਈ ਬਸ ਬਾਬੇ ਦੀ ਚੰਗੀ ਗੱਲ ਆ ਭਾਈ। ਹਰਮਨ ਕੋਈ ਹੋਰ ਕਿੱਸਾ ਹੋਵੇ ਪਹਿਲੀ ਵਾਰ ਤੇ ਜਦੋਂ ਮੈਂ ਪਹਿਲੀ ਵਾਰੀ ਜਹਾਜ਼ 'ਚ ਬੈਠਿਆ ਮੈਂ ਮਲੇਸ਼ੀਆ ਗਿਆ ਸੀ ਸਭ ਤੋਂ ਪਹਿਲਾਂ ਉਰੋਂ ਮਤਲਬ ਇੰਦਰ ਉੱਧਰੋਂ ਸਿੰਗਾਪੁਰ ਤੋਂ ਆਉਣਾ ਸੀਗਾ ਮੇਰੇ ਲਈ ਮੈਂ ਇੱਧਰੋਂ ਜਾਣ ਦੀ ਮੈਂ ਇਕੱਲਾ ਦੀ ਨਾ ਤਾਂ ਮੈਂ ਪਹਿਲਾਂ ਕਦੇ ਚੜਿਆ ਫਲਾਈਟ 'ਚ ਨਾ ਕਦੇ ਬਾਅਦ 'ਚੋਂ ਆਇਆ ਕਦੇ ਅਤੇ ਜਸ ਹੁਣ ਨੌਲੇਜ ਹੈਗੀ ਸੀਗੀ ਏਅਰਪੋਰਟ ਬਾਰੇ ਫੋਨ 'ਤੇ ਪੁੱਛ ਪੁੱਛ ਗਿਆ ਵੀ ਇੱਥੋਂ ਹੁਣ ਮਾਹ ਕਰਾ ਲਿਆ ਬੋਰਡਿੰਗ ਲੈ ਲਈ ਹੁਣ ਅੱਗੇ ਕਿੱਧਰ ਜਾਵਾਂ ਮੈਂ ਇੱਥੋਂ ਖਾਸੀ ਪੁੱਛ ਗਿੱਛ ਜੀ ਹੋਈ ਮੈਂ ਪਹਿਲੀ ਵਾਰੀ ਗਿਆ ਸੀ ਕਿਉਂਕਿ ਘੇਰੀ ਰੱਖਿਆ ਮੈਨੂੰ ਏਅਰਪੋਰਟ 'ਤੇ ਫਿਰ ਜਹਾਜ਼ 'ਚ ਚਲੋ ਬਾਗੇ ਜਹਾਜ਼ ਤੱਕ ਪਹੁੰਚ ਗਿਆ ਅਤੇ ਜਦੋਂ ਜਹਾਜ਼ ਉੱਤੇ ਟੇਕ ਆਫ ਕਰਦਾ ਉੱਡਦਾ ਮੈਨੂੰ ਤਾਂ ਇਹਦੀ ਨੋਰਮਲ ਹੋਊ ਕੀ ਗੱਲ ਹੈ ਤਾਂ ਜਦੋਂ ਐਜੇ ਕਰਕੇ ਡਾਣ ਜੀ ਭਰੀ ਤੁਹਾਨੂੰ ਨਾ ਖੂਨ ਤਾਂ ਇਹਨੂੰ ਵਾਗਿਆ ਸਿਰ ਨੂੰ ਮੈਂ ਤੁਹਾਡੀ ਮੈਂ ਇਹਨੂੰ ਐ ਹੱਥ ਜੇ ਭਾਲੇ ਮੈਂ ਜਦੋਂ ਤਾਂ ਚੜ੍ਹ ਕੇ ਫਿਰ ਸਾਹ ਆਇਆ ਘੱਟੋ ਘੱਟ 30 ਸਕਿੰਟ ਬੰਦੇ ਨੂੰ ਬੌਲਾ ਕਰੀ ਰੱਖਦਾ ਜਦੋਂ ਐ ਉੱਤੇ ਜੀ ਨੂੰ ਚੜ੍ਹਦਾ ਐ ਖੂਨ ਤਾਂ ਨੂੰ ਜਾਂਦਾ ਬਈ ਜਿਹੜਾ ਬੰਦਾ ਪਹਿਲੀ ਵਾਰ ਚੜ੍ਹਦਾ ਉਹਨੂੰ ਹੁੰਦਾ ਹੈਗਾ ਐਂ ਜੱਸੇ ਨੂੰ ਹੋਇਆ ਦੀ ਜਦੋਂ ਉਹ ਪਹਿਲੀ ਵਾਰ ਮੈਂ ਤੂੰ ਤੇਰੀ ਗੱਲ ਦੱਸਦਾ ਜਦੋਂ ਆਸਟ੍ਰੇਲੀਆ ਉੱਤਰਦੇ ਆ ਉੱਥੇ ਨੇ ਜਹਾਜ਼ 'ਚ ਫਾਰਮ ਜਿਹਾ ਦਿੰਦੇ ਨੇ ਭਰਨ ਵਾਸਤੇ ਐਡਾ ਉਹਦੇ ਵਿੱਚ ਸਾਰਾ ਭਰਨਾ ਦਾ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਉਹ 'ਚ ਟਿੱਕ ਮਾਰ ਜੇ ਬਿਮਾਰੀ ਨਹੀਂ ਗੀ ਤੁਹਾਨੂੰ ਨੋ ਕਰ ਦਿਉ ਅਤੇ ਜੇ ਬਿਮਾਰੀ ਹੈਗੀ ਆ ਤੁਹਾਨੂੰ ਯੈਸ ਕਰ ਦਿਉ ਵੀ ਤੁਸੀਂ ਕਿ ਤੁਹਾਨੂੰ ਕਰੋਨਾ ਤਾਂ ਨਹੀਂ ਹੈਗਾ ਤੁਹਾਨੂੰ HIV ਤਾਂ ਨਹੀਂ ਹੈਗਾ ਤੁਸੀਂ ਇਸ ਤੋਂ ਲਾਸਟ ਦਿਨ ਪਹਿਲਾਂ ਖੇਤਾਂ 'ਚ ਨਹੀਂ ਘੁੰਮੇ ਹੋਏ ਲਾਸਟ ਦਿਨ ਪਹਿਲਾਂ ਕੋਈ ਇੱਥੇ ਕਿਹੜਾ ਉਹ ਸਾਊਥ ਅਫਰੀਕਾ ਸਾਊਥ ਅਫਰੀਕਾ 'ਚ ਨਹੀਂ ਗਏ ਮਤਲਬ ਉਹ ਉਹਦੇ 20-25 ਕਾਲਮ ਨੇ ਉਹ ਭਰਨੇ ਹੁੰਦੇ ਨੇ ਅਤੇ ਅਸੀਂ ਤਾਂ ਸਾਡੀ ਫਲਾਈਟ 1 ਘੰਟਾ ਪਹਿਲਾਂ ਸੀ 1 ਘੰਟਾ ਪਹਿਲਾਂ ਉੱਤਰ ਗਏ ਪਰਥ ਜਾ ਕੇ ਅਤੇ ਧੂਤੇ ਦੀ ਫਲਾਈਟ 1 ਘੰਟਾ ਕੁ ਮਗਰੋਂ ਦੀ ਅਤੇ ਧੂਤੇ ਨੂੰ ਵੀ ਦੇ ਦਿੱਤਾ ਉਹ ਫਾਰਮ ਜਾ ਇਹਨੇ ਤਾਂ ਉੱਥੇ ਐਂ ਨਹੀਂ ਬੈਠਾ ਕਿੱਲਾ ਵਾਂਗੂ ਇਹ ਫਾਰਮ 'ਚ ਏਅਰਪੋਰਟ 'ਤੇ ਸਾਰੇ ਤੇ ਇਹਨੂੰ ਐਂ ਕਹਿੰਦੇ ਪੈਨ ਲੈ ਕੱਢ ਉਹਨੇ ਸਾਰੇ ਤੇ ਯੈਸ 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 ਐਂ ਭਰਤਾ ਵੀ ਸਾਰਾ ਠੀਕ ਠੀਕ ਹੀ ਹੈ ਕੰਮ ਸਾਰਾ ਕੁਝ ਠੀਕ ਠੀਕ ਹੈ ਟੈਲੀਵਿਜ਼ਨ ਵਾਲੀ ਸੀ ਵਿੱਚ ਵੀ ਤੁਹਾਡੇ ਕੋਲ ਟੈਲੀਵਿਜ਼ਨ ਦਾ ਨਹੀਂ ਹੈਗਾ ਉਹਦੇ ਵੀ ਟਿੱਕ ਠੋਕੀ ਬੈਠੀ ਉਹ ਕਰੀ ਜਾਣ ਤਰਲੇ ਟੈਲੀਵਿਜ਼ਨ ਹੈ ਕਿੱਥੇ ਹੈ ਉੱਤਰ ਉੱਤਰ ਜ਼ਰ ਪਹਿਲਾਂ ਤਾਂ ਤੇ ਭਾਈ ਨੂੰ ਕਰਕੇ ਕਹਿੰਦਾ ਲਓ ਜੀ ਪਾਸਪੋਰਟ ਫੜਾਤਾ ਮੈਂ ਐ ਕਰਕੇ ਪਾਸਪੋਰਟ ਫੜਾਉਣ ਤੋਂ ਬਾਅਦ ਉਹਨੂੰ ਤੂੰ ਤੈਨੂੰ ਕਹਿੰਦੀ ਵੀ ਐ ਕਰਕੇ ਤੈਨੂੰ ਕਹਿੰਦੀ ਉਹ ਹੈ ਏਡਜ਼ ਹੈ ਉੱਤੇ ਵੀ ਜੈਸਾ ਹਾਂ ਕਹਿੰਦਾ ਨਾ ਜੀ ਕਹਿੰਦੀ ਤੈਨੂੰ ਉਹ ਹੈ ਟੀਵੀ ਟੂਵੀ ਹੈ ਕਹਿੰਦਾ ਨਾ ਜੀ ਕਹਿੰਦੇ ਵੀ ਐਂ ਕਰਕੇ ਲਾਸਟ ਦਿਨ ਤੂੰ ਕੈਲੀਫੋਰਨੀਆ ਕਹਿੰਦਾ ਨਾ ਜੀ ਤੇ ਕਹਿੰਦੀ ਫਿਰ ਡੰਗਰਾ ਟਿੱਕ ਟਿੱਕ ਕਿਉਂ ਕਰ ਕਹਿੰਦਾ ਮੈਂ ਤਾਂ ਜੀ ਐਂ ਲਿਖਤਾ ਵੀ ਸਾਰਾ ਕੁਛ ਠੀਕ ਠੀਕ ਹੈ ਕਹਿੰਦਾ ਜੀ ਆਹ ਚੱਕੋ ਤੁਹਾਡੇ ਪੇਪਰ ਫਾਰਮ ਜੇ ਕਹਿੰਦਾ ਜਿਹੜਾ ਮੈਨੂੰ ਭਰਾ ਲਓ ਕਹਿੰਦਾ ਕਿੱਥੇ ਕੀ ਲੱਗਿਆ ਹੁੰਦਾ ਫਿਰ ਉਹਦੇ ਵਾਸਤੇ ਪੰਜਾਬੀ ਉਹ ਬੁਲਾਇਆ ਦੱਸਣ ਲਈ ਇਹਨੂੰ ਸਮਝਾਓ ਉਹ ਵੀ ਐਂ ਗੱਲ ਸਮਝਾ ਇਹਨੂੰ ਕਿਵੇਂ ਸਪੈਸ਼ਲ ਬੰਦਾ ਭੋਲਾ ਬੰਦਾ ਦਾ ਬੰਦਾ ਹੁਣ ਰੌਣਕੀ ਦਾ ਹੈਗਾ ਭੋਲਾ ਵੀ ਥੋੜਾ ਜਿਹਾ ਅੱਛਾ ਫਿਰ ਉਹਨੂੰ ਜਾ ਕੇ ਪੁੱਛਿਆ ਕਹਿੰਦੇ ਵੀ ਐਂ ਕਰਕੇ ਤੂੰ ਕਿਵੇਂ ਆਇਆ ਉਰੇ ਕਹਿੰਦਾ ਜੀ ਵੀ ਮੈਂ ਆਰਟਿਸਟ ਹਾਂ ਤੇ ਕਹਿੰਦੇ ਵੀ ਆਰਟਿਸਟ ਕਿੱਥੇ ਸ਼ੋਅ ਤੇਰਾ ਦਿਖਾ ਕੀ ਹੈ ਤੇਰਾ ਕਿੱਥੇ ਸ਼ੋਅ ਤੇਰਾ ਪਰਥ ਦੇ ਵਿੱਚ ਕਹਿੰਦਾ ਜੀ ਐਂ ਤਾਂ ਨਹੀਂ ਪਤਾ ਕਿੱਥੇ ਸ਼ੋਅ ਕਹਿੰਦੇ ਕੋਈ ਪੋਸਟਰ ਹੈਗਾ ਕਹਿੰਦਾ ਹਾਂ ਪੋਸਟਰ ਦਾ ਕਹਿੰਦਾ ਦੋ ਦਿਖਾ ਦੇਣਾ ਤੁਹਾਨੂੰ ਪੱਕਾ ਮੋਬਾਈਲ 'ਚ ਕੱਢ ਕੇ ਪੋਸਟਰ ਦਿਖਾ ਦੇ ਤੇ ਕਹਿੰਦਾ ਲਓ ਜੀ ਪੋਸਟਰ ਅੱਛਾ ਹੋਰ ਕੋਈ ਉੱਥੇ ਦੀ ਇਹੋ ਜਿਹੀ ਯਾਦਗਾਰ ਹੋਵੇ ਤੁਹਾਨੂੰ ਬਸ ਹੱਸਦੇ ਖੇਡਦੇ ਰਹੇ ਸਾਰਿਆਂ ਨੂੰ ਉੱਥੇ ਚੰਗਾ ਰਿਹਾ ਉੱਥੇ ਚੰਗਾ ਰਿਹਾ ਦਿਲ ਲੱਗਿਆ ਉੱਥੇ ਬਹੁਤ ਜ਼ਿਆਦਾ ਦਿਲ ਲੱਗਿਆ ਬਹੁਤ ਵਧੀਆ ਸੀ ਬਸ ਸ਼ਾਂਤ ਮਾਹੌਲ ਹੈ ਉੱਥੇ ਹੈ ਨਾ ਬਹੁਤ ਸ਼ਾਂਤ ਹੈ ਪਰ ਲੋਕ ਥੋੜ੍ਹੇ ਜਿਹੇ ਸਮਝਦਾਰ ਹੋ ਗਏ ਪਤਾ ਨਹੀਂ ਰੂਲ ਸਟ੍ਰਿਕਟ ਨੇ ਰੂਲ ਸਟ੍ਰਿਕਟ ਹੋਣ ਕਰਕੇ ਜਿਹੜਾ ਵਾਤਾਵਰਨ ਨੂੰ ਜ਼ਿਆਦਾ ਉਹ ਬਹੁਤ ਅਹਿਮੀਅਤ ਦਿੰਦੇ ਨੇ ਵਾਤਾਵਰਨ ਨੂੰ ਨਾ
ਤੇ ਹੁਣ ਆਪਣੇ ਤਾਂ ਤੁਹਾਨੂੰ ਪਤਾ ਬਰਾਲੀ ਬਰੂਲੀ ਅੱਗ ਨੂੰ ਲਾਤੀ ਲੋਕਾਂ ਨੇ ਯਾਰ, ਹੁਣ ਨਹੀਂ ਇੱਥੇ ਵੀ ਸਰਦ ਨਹੀਂ ਰਿਹਾ ਨਾ, ਇੱਥੇ ਉਹਨਾਂ ਕੋਲ ਲੋਕਾਂ ਕੋਲ ਆਪਸ਼ਨ ਵੀ ਨਹੀਂ ਹੈਗਾ ਆਪਣੇ ਕੋਲ ਹੋਰ ਕਰਨ ਵੀ ਕੀ, ਹੈ ਨਾ, ਵੀ ਪਰਾਲੀ ਨੂੰ ਅੱਗਾਂ ਲਾਤੀਆਂ ਸਿਸਟਮ ਕਰਿਆ ਨਾ, ਤੇ ਬਸ ਉੱਥੇ ਇੱਕ ਤਾਂ ਵਾਤਾਵਰਨ ਵਧੀਆ, ਇੱਕ ਰੂਲ ਵਧੀਆ ਨੇ, ਸਰਕਾਰ ਸੁਣਦੀ ਹੈ ਸਭ ਦੀ, ਮਤਲਬ ਕਿ ਸਾਰਿਆਂ ਲਈ ਇੱਕ ਸਮਾਨ ਰੂਲ ਹੈ। ਜਿਵੇਂ ਇਹ ਆਸਟ੍ਰੇਲੀਆ ਵਾਲੇ ਸੀਡ ਸੂਟ ਨਹੀਂ ਵੜਨ ਦਿੰਦੇ ਹੈਗੇ ਕੰਟਰੀ 'ਚ, ਅਸੀਂ ਚੌੜ ਕਰਦੇ ਰਹਿੰਦੇ ਵੀ ਜੱਸੇ ਦੇ ਬੈਗ 'ਚ ਵੀ ਜੀਰੀ ਦੇ ਦਾਣੇ ਪਾ ਦਿਓ ਉੱਥੇ ਖੜਿਆ ਰਹੂ। ਅੱਛਾ, ਫਿਰ ਉੱਥੇ ਪੁੱਛੀ ਜਾਣਗੇ ਵਾ ਕੋਈ ਸੀਡ ਸੂਟ ਵੜਨ ਨਹੀਂ ਦੇ, ਇਹਦੇ ਬੈਗ 'ਚ ਪਾਓ ਕਣਕ ਦੀ ਮੁੱਠੀ ਵਾ, ਜਾਣ ਦੋ ਇਹਦੇ ਨਾਲ ਸੀਡ। ਉੱਥੇ ਜਾ ਕੇ ਇੱਕ ਗੱਲ ਹੋ ਰਹੀ, ਤੁਸੀਂ ਆਪ ਇਹ ਗੱਲ ਮੰਨਦੇ ਹੋ ਵੀ ਜਿਹੜੇ ਤੁਹਾਡੇ ਐਪੀਸੋਡ ਰਹੇ ਉਹ ਠੰਡੇ ਰਹੇ ਥੋੜੇ ਜਿਹਾ, ਆਪਣੀ ਕੱਲ ਵੀ ਗੱਲ ਠੰਡੇ ਪਏ ਰਹੇ ਬਾਈ ਜੀ, ਉਹ ਮਾਹੌਲ ਨਹੀਂ ਹੈਗੇ ਉੱਥੇ, ਉਹ ਖੇਤ ਨਹੀਂ ਹੈਗੇ ਬਾਈ ਜੀ, ਉਹ ਸਿਸਟਮ ਬੋਲਿਆ ਉੱਥੇ ਦੀ ਗੱਲ ਦੱਸਦਾ ਤੁਹਾਨੂੰ, ਮੈਂ ਜੱਸਾ ਧੂਤ ਆਸਾ ਅਸੀਂ ਬੋਲਦੇ ਨੇ ਵੀਡੀਓ ਉੱਚਾ ਥੋੜ੍ਹਾ ਜਿਹਾ ਬੱਬਲ, ਅਸੀਂ ਲੱਗ ਰਹੇ ਉੱਥੇ ਸ਼ੂਟ ਕਰਨ, ਸ਼ੂਟ ਵਾਸਤੇ ਚੱਲ ਆਸ ਵਿੱਚ ਥੋੜ੍ਹਾ ਜਿਹਾ ਲੱਗੇ, ਮਹਾਂ ਤੂੰ ਮੇਰਾ ਸਾਲੇ ਉੱਧਰ ਕਿੱਥੇ ਕਰਨ ਵਗ ਗਿਆ ਸੀ, ਅਸੀਂ ਉੱਚੀ ਉੱਚੀ ਬੋਲਣ ਲੱਗ ਰਹੇ ਮੈਂ ਧੂਤਾ, ਸਾਡੇ ਨਾਲ ਲੱਗ ਮੈਂ ਘਰ ਗੋਰੀ ਦਾ, ਉਹਨੇ ਕੰਜਦੀ ਨੇ ਫੋਨ ਮਾਰਤਾ ਪੁਲਿਸ ਨੂੰ। ਅੱਛਾ, ਹਾਂ ਉਹ ਤਾਂ ਚੰਗਾ ਰਿਹਾ ਉੱਥੇ, ਜਿਹੜਾ ਸਾਡਾ ਪਿੰਡ ਦਾ ਮੁੰਡਾ ਜੱਸੀ ਗਿਆ ਹੋਇਆ, ਜੱਸੀ ਦੇ ਘਰ ਵਾਲੀ ਵਧੀਆ ਅੰਗਰੇਜ਼ੀ ਨੌਲੇਜ ਹੈ, ਉਹ ਭੱਜ ਕੇ ਗਈ ਉਹ ਗੋਰੀ ਕੋਲੇ, ਉਹਨੂੰ ਕਹਿੰਦੀ ਕੀ ਕਰਦੇ ਨੇ ਫਾਈਟ ਕਰਦੇ ਨੇ, ਕਹਿੰਦੀ ਨੋ ਨੋ ਸ਼ੂਟ ਹੈ ਕਿਸ ਕਮੇਡੀ, ਕਹਿੰਦੀ ਓਕੇ ਓ ਮਾਈ ਗੋਡ, ਕਹਿੰਦੀ ਮੈਂ ਤਾਂ ਪੁਲਿਸ ਨੂੰ ਫੋਨ ਕਰਤਾ ਸੀ। ਅੱਛਾ, ਨਹੀਂ ਚੱਕ ਲਈ ਸੀ, ਚੱਕ ਲਈ ਛਣੇ ਜਾ ਕੇ ਰੇਂਜ ਲੈ ਜਾਂਦੇ ਨੇ ਤੇ ਉਹਦੇ ਫਿਰ ਉਦੋਂ ਬਾਅਦ ਕੀ ਹੋਇਆ, ਫਿਰ ਅਸੀਂ ਚੱਲ ਉੱਥੇ ਬੰਦੇ ਕਰਦਾ ਸਿਸਟਮ, ਇਦੂ ਬਾਅਦ ਡਾਂਗ ਫਿਰ ਜੇ ਕੋਈ ਫਾਇਦਾ ਨਹੀਂ ਉੱਥੇ, ਜਿੱਦਾਂ ਅਸੀਂ ਠੰਡੇ ਰਹੇ, ਡਰ ਵੀ ਰਿਹਾ ਹਨਾ, ਡਰ ਰਿਹਾ ਉੱਥੇ, ਇੱਕ ਮਾਹੌਲ ਨਹੀਂ ਮਿਲਦਾ ਸੀ ਸਾਨੂੰ, ਐਂ ਸੀਗਾ ਉੱਥੇ ਵੀ ਸਾਲਾ ਕੁਛ ਕਹਿ ਨਾ ਦੇਵੇ ਕਿਤੇ ਕੋਈ, ਹੁਣ ਤਾਂ ਰੂਲ ਹੀ ਨਹੀਂ ਪਤਾ ਸੀ ਬਾਈ ਜਾ ਕੇ, ਉੱਥੇ ਹਾਰਨ ਮਾਰਤਾ ਲੈ ਮੈਂ ਉੱਥੇ ਖੜੇ ਖੜੇ ਨੇ ਯਾਰ, ਗੱਡੀ ਦੇ ਹਾਰਨ ਮਾਰਤਾ, ਮੈਂ ਪਹਿਲਾਂ ਇੱਕ ਮਾਰਿਆ ਫਿਰ ਦੋ ਤਿੰਨ ਮਾਰਤੇ ਹਾਰਨ ਜੇ, ਤੇ ਮੈਨੂੰ ਜਾਂਦਾ ਤਾਂ ਗੋਰਾ ਕੰਜ ਤਾਂ ਐਂ ਕਰ ਗਿਆ, ਤੇ ਮੈਨੂੰ ਐਂ ਦਿਮਾਗ ਦਾ ਐਂ ਕਹਿੰਦਾ ਵੀ ਪੈਗ ਲੱਗਿਆ ਹੋਇਆ, ਮੈਨੂੰ ਆ ਕੇ ਮੈਂ ਕਿਹਾ ਹਾਂ, ਤੇ ਮੈਨੂੰ ਜੱਸੀ ਲੈ ਕੇ ਦੱਸਿਆ, ਮੈਨੂੰ ਕਹਿੰਦਾ ਤੈਨੂੰ ਗਾਲ ਕੱਢ ਗਿਆ, ਮੈਂ ਕਹਿੰਦੀ ਭੈਣ ਦੀ ਉਹ ਲਾਈ ਗੱਡੀ ਮੂਹਰੇ ਦੀ, ਮੈਂ ਇਹਦੀ ਬਣਾਈਏ ਚਾਂਦੀ ਮਾਂ ਵੱਲੋਂ। ਅੱਛਾ, ਜਦੋਂ ਤੇ ਚਾਦਰਿਆਂ 'ਚ ਜਾ ਕੇ ਘੁੰਮੇ ਤੁਸੀਂ ਜਿਹੜੇ, ਜਦੋਂ ਤੁਸੀਂ ਸ਼ੂਟ ਕਰਦੇ ਸੀ ਉੱਥੇ ਲੋਕਾਂ ਨੇ ਨੀ ਜਿਹੜੇ ਗੋਰੇ ਸੀ ਉਹਨਾਂ ਨੇ ਅਜੀਬੋ ਗਰੀਬ ਦੇਖਿਆ ਵੀ ਇਹ ਕਿਹੜੇ ਪਲੈਨਟ ਤੋਂ ਆ ਗਏ? ਨਾ, ਅਸੀਂ ਉਧਰ ਨੂੰ ਗੋਰੇ ਗਾਰੇ ਕਿਹੜੀ ਨਹੀਂ ਗਏ ਸੀ, ਅਸੀਂ ਤਾਂ ਆਪਦੇ ਘਰ ਮੂਹਰੇ ਹੀ ਸ਼ੂਟ ਕਰੀ ਗਏ, ਉੱਥੇ ਲਵੇ ਲਾਉਣੇ ਸ਼ੂਟ ਕਰੀਏ, ਇੱਥੇ ਸਾਨੂੰ ਕੋਈ ਬੰਦਾ ਜਾਂਦਾ ਖੈਰ ਉੱਥੇ ਸ਼ੂਟ ਜਿਹਾ ਕਰ ਲਿਆ ਕਰੇ ਸੀ। ਅੱਛਾ ਮਾਤਾ ਜੀ, ਕਿਵੇਂ ਰਿਹਾ ਹੁਣ ਪੁੱਤ, ਤੁਸੀਂ ਆਉਂਦੇ ਦੇਖਦੇ ਹੋ ਕਿ ਲੋਕ ਮਿਲਣ ਆਉਂਦੇ ਆ ਪੁੱਤ ਨੂੰ, ਕੋਈ ਕਿੱਥੋਂ ਆ ਗਿਆ ਹਨਾ, ਉਦੋਂ ਕਿਹੋ ਜਿਹਾ ਅਹਿਸਾਸ ਰਹਿੰਦਾ? ਇੱਕ ਵਕਤ ਤਾਂ ਤੁਸੀਂ ਦੱਸਦੇ ਹੋ ਵੀ ਉਹ ਵੀ ਸੀਗਾ ਵੀ ਹੁਣ ਪੁੱਤ ਮੇਰਾ ਬਹੁਤ ਵਧੀਆ, ਮੈਨੂੰ ਟਾਈਮ ਨਿਕਲਦਾ ਹੈਗਾ, ਹੁਣ ਮੈਨੂੰ ਪੂਰਾ ਹੌਸਲਾ ਹੈ। ਅੱਛਾ, ਹਾਂ ਵੀ ਮੇਰਾ ਪੁੱਤ ਬਹੁਤ ਹੀ ਵਧੀਆ ਬਣ ਗਿਆ, ਮਾਣ ਮਹਿਸੂਸ ਹੁੰਦਾ? ਹਾਂ ਹਾਂ, ਬਹੁਤ ਪੂਰਾ ਵਧੀਆ। ਕਈ ਵਾਰ ਬਈ ਘਰੇ ਨਹੀਂ ਹੁੰਦੇ ਨਾ, ਹਾਂ ਤੇ ਲੋਕ ਇੰਨਾ ਕੁ ਪਿਆਰ ਕਰਦੇ ਨੇ ਹਨਾ, ਤੇ ਮੇਰੀ ਬੀਬੀ ਨਾਲ ਫੋਟੋ ਕਰਾ ਕੇ ਮੁੜ ਜਾਂਦੇ ਨੇ ਹੋਰ, ਤੇ ਮੈਨੂੰ ਕਦੇ ਨਾ ਕਦੇ ਫਿਰ ਐਂ ਖੁਸ਼ੀ ਹੁੰਦੀ ਵੀ ਚੱਲ ਹਨਾ, ਇਹ ਦਿਨ ਬਹੁਤ ਸੋਹਣੇ ਨੇ ਹਨਾ ਤੁਹਾਡੇ। ਹਾਂ ਪੁੱਤਾ, ਇੱਕ ਵਕਤ ਤੁਸੀਂ ਦੱਸਦੇ ਹੋ ਉਹ ਵੀ ਸੀ, ਲੋਕ ਤਾਂ ਇੰਦਰ ਦੇ ਮਿਹਣੇ ਦਿੰਦੇ ਹੁੰਦੇ ਸੀ, ਬੜਾ ਕੁਝ ਕਿਹਾ ਪੁੱਤਾ, ਉਹ ਤਾਂ ਮੈਂ ਤਾਂ ਹੁਣ ਗੱਲੇ ਨਹੀਂ ਛੱਡਦੀ, ਬਹੁਤੀ ਗੱਲ ਕੀ ਹੈ, ਉਹ ਤਾਂ ਬਹੁਤ ਬੋਲਦੇ ਤੇ ਲੋਕ ਬਹੁਤ ਬੋਲਦੇ ਤੇ, ਉਹ ਤਾਂ ਉਹ ਬਈ ਸਾਡੇ ਰਿਸ਼ਤੇਦਾਰੀ ਬੋਲੀ ਜਾਂਦੇ ਸੀ। ਹਾਂ, ਤਕਰੀਬਨ ਰਿਸ਼ਤੇਦਾਰ ਸਾਰੇ ਦੇ ਹੁੰਦੀ ਹੈਗੇ ਨੇ, ਸਾਡੇ ਤਾਂ ਹੈਗੇ ਨੇ ਦੋ ਚਾਰ, ਸਾਰੇ ਨਹੀਂ ਹੈਗੇ, ਦੋ ਚਾਰ ਹੈਗੇ ਨੇ, ਹੁਣ ਨਾ ਕਾਹਨੂੰ ਲੈਣਾ ਕਿਉਂਕਿ ਵੀਡੀਓ ਵੀ ਦੇਖਣਗੇ ਨਾ, ਫਿਰ ਕਿਤੇ ਨਾ ਕਿਤੇ ਮਿਰਚ ਲੱਗ ਜੂਗੀ, ਮੈਨੂੰ ਫਾਇਦਾ ਨਹੀਂ ਮਿਲਦਾ। ਕੁਛ ਕਿਹੋ ਜਿਹੇ ਰਿਸ਼ਤੇਦਾਰ ਵੀ ਰਹੇ ਜਿਹੜੇ ਤੁਹਾਡੇ ਗਰੀਬੀ ਵੇਲੇ ਵਰਤੋਂ ਹਟ ਗਏ ਸੀ, ਕਿ ਇਹਨਾਂ ਤੋਂ ਕੀ ਲੈਣ ਦੀ ਆਸ ਆ ਸਾਨੂੰ, ਕੀ ਮਿਲੂਗਾ ਇਹ ਘਰ ਚੋਂ? ਹਾਂ ਵੀਰੇ, ਹੋ ਹੀ ਜਾਂਦੇ ਨੇ ਪੁੱਤ, ਅਗਲੇ ਦਾ ਮਨ ਭਾਵੇਂ ਜਾਂਦਾ ਹੈਗਾ, ਹੈ ਨਾ, ਵੀ ਅਗਲਾ ਕਹਿੰਦਾ ਕੋਈ ਸਵਾਲ ਕਰਨਗੇ, ਕੋਈ ਚੀਜ਼ ਨੂੰ ਕਹਿਣਗੇ, ਫਿਰ ਆਪਣੇ ਪਰਮਾਤਮਾ ਨੇ ਦਿਨ ਫੇਰ ਤੇ ਆਪਣੇ ਲੋਕਾਂ ਨੇ ਸਾਥ ਦਿੱਤਾ ਆਪਣਾ ਨਾ, ਦੁਨੀਆਂ ਨੇ ਸਾਥ ਦਿੱਤਾ ਆਪਣਾ ਨਾ, ਵੀ ਆਪਾਂ ਕਾਹਦੀ ਆਕੜ ਰੱਖੀ, ਹੁਣ ਕੋਈ ਆਕੜ ਨੀ ਰੱਖਣੀ ਆਪਾਂ ਨੇ, ਜਿਹੜਾ ਹੁੰਦਾ ਸਕੀਮ ਲੋਕਾਂ ਦੀ ਹੁਣ ਬਸ। ਅੱਛਾ, ਕਦੇ ਹੁਣ ਮਾਂ ਦੀ ਅੱਖਾਂ 'ਚੋਂ ਖੁਸ਼ੀ ਦੇਖਦੇ ਹੁਣ ਕਿ ਇਹਨੇ ਤਾਨੇ ਮਿਹਣੇ ਵੀ ਸੁਣੇ ਆ, ਅਤੇ ਅੱਜ ਇਹਨੂੰ ਇੰਨਾ ਲੋਕ ਮਾਣ ਸਤਿਕਾਰ ਦਿੰਦੇ ਆ, ਅਤੇ ਅੱਜ ਮੇਰੇ ਕਰਕੇ ਮੇਰੀ ਮਾਂ ਨੂੰ ਇੰਨਾ ਪਿਆਰ ਮਿਲਣ ਲੱਗਿਆ? ਬਿਲਕੁਲ ਬਿਲਕੁਲ, ਹੋਰ ਮੈਂ ਮੇਰੀ ਮਾਂ ਨੂੰ ਦੇਖ ਦੇਖ ਤਾਂ ਜਾਣਾ ਇਹਨੂੰ, ਮੈਂ ਤਾਂ ਕਹਿੰਦਾ ਵੀ ਮੈਂ ਜਿੰਨੇ ਵਾਰ ਵੀ ਜਨਮ ਲਵਾਂ ਮੈਂ ਇਹ ਮਾਂ ਦੇ ਕੁੱਖੋਂ ਜਨਮ ਲਵਾਂ, ਬਸ ਬਹੁਤ ਸਾਥ ਦਿੱਤਾ ਮੈਨੂੰ ਮੇਰੀ ਮਾਂ ਨੇ, ਮੈਂ ਉਂਗਲਾਂ ਫੜ ਕੇ ਤੁਰਨ ਤਾਂ ਸਿੱਖਿਆ ਹੀ ਸੀਗਾ, ਜਿਹੜੀ ਮੈਨੂੰ ਵਿਲ ਪਾਵਰ ਬੂਸਟ ਦਿੰਦੀ ਸੀ ਉਹ ਮੇਰੀ ਮਾਂ ਸੀ ਪਿੱਛੇ ਖੜੀ, ਇਕੱਲੀ ਇਹੀ ਸੀ, ਵਾਧੂ ਹੁੰਦੇ ਬਸ ਇੱਕ ਮਾਂ, ਕਹਿੰਦੇ ਰੱਬ ਦੇ ਸਮਾਨ ਹੁੰਦੇ ਆ ਵੀ, ਜਿਹਦੇ ਮਗਰ ਰੱਬੇ ਖੜ ਗਿਆ ਉਹਦੇ ਮਗਰ ਸਾਰਾ ਕੁਛ ਖੜ ਗਿਆ, ਹੈ ਨਾ, ਫਿਰ ਪਰਮਾਤਮਾ ਨੇ ਲੁਕੋ ਕੇ ਵੀ ਕੁਛ ਨਹੀਂ ਰੱਖਿਆ, ਕੁਛ ਨਹੀਂ ਲੁਕੋ ਕੇ ਰੱਖਿਆ, ਬਸ ਸਾਨੂੰ ਬਹੁਤ ਕੁਛ ਦਿੱਤਾ ਦਾਤੇ ਨੇ, ਮਾਲਕ ਨੇ ਬਹੁਤ ਕੁਛ ਦਿੱਤਾ ਸਾਨੂੰ। ਅੱਛਾ, ਬਹੁਤ ਸੋਹਣੀ ਗੱਲ ਆਖੀ ਇੰਦਰ ਬਾਈ ਤੁਸੀਂ, ਕਿ ਲੋਕ ਤਾਂ ਸਾਰੇ ਇਹ ਕਹਿੰਦੇ ਸੀ ਵੀ ਇਹ ਨਿਕੰਮਾ ਇਹ ਆ, ਹੈ ਨਾ, ਪਰ ਤੁਹਾਡੀ ਮਾਂ ਤੁਹਾਡੇ ਨਾਲ ਖੜੀ ਰਹੀ ਉਹ ਵਕਤ ਦੇ ਵਿੱਚ ਵੀ, ਬਈ ਮਾਂ ਨੂੰ ਪੁੱਤ ਕੋਈ ਨਹੀਂ ਮਾੜਾ ਹੁੰਦਾ, ਚਾਹੇ ਪੁੱਤ ਨਸ਼ੇੜੀ ਕਿਉਂ ਨਾ ਹੋਵੇ, ਚਾਹੇ ਸ਼ਰਾਬੀ ਕਬਾਬੀ ਕਿਉਂ ਨਾ ਹੋਵੇ, ਜੇ ਮਾਂ ਦੇ ਸੱਤ ਪੁੱਤ ਨੇ, ਸੱਤਾਂ 'ਚ ਇੱਕ ਕੰਮ ਕਰ
ਅਤੇ ਜੇ ਮਾਂ ਨੂੰ ਪੁੱਛੋਗੇ ਮਾਂ ਤੈਨੂੰ ਕਿਹੜਾ ਪੁੱਤ ਪਿਆਰਾ ਅਤੇ ਕਹੋਗੇ ਮੈਨੂੰ ਸੱਤੇ ਪਿਆਰੇ ਨੇ। ਮਾਂ ਨੂੰ ਕੋਈ ਪੁੱਤ ਮਾੜਾ ਨਹੀਂ ਹੁੰਦਾ ਹੈਗਾ, ਚਾਹੇ ਉਹ ਸਾਲੇ ਤਿੰਨੇ ਸ਼ਰਾਬੀ ਕਬਾਬੀ ਕਿਉਂ ਨਾ ਹੋਣ, ਕਿਉਂਕਿ ਮਾਂ ਤਾਂ ਮਾਂ ਹੈ ਨਾ। ਮਾਂ ਇੱਕ ਜਾਨਵਰ ਦੇ ਰੂਪ 'ਚ ਵੀ ਮਾਂ ਹੈ, ਠੀਕ ਹੈ, ਇਨਸਾਨ ਦੇ ਰੂਪ 'ਚ ਵੀ ਮਾਂ ਹੈ, ਠੀਕ ਹੈ। ਤਾਂ ਹੀ ਉਹ ਲੋਕ ਮਾਂ ਨੂੰ ਰੱਬ ਦਾ ਦਰਜਾ ਦਿੰਦੇ ਨੇ ਵੀ ਜਿਹਦੇ ਪਿੱਛੇ ਮਾਂ ਖੜੀ ਹੈ ਉਹਦੇ ਪਿੱਛੇ ਦੁਨੀਆ ਹੀ ਖੜੀ ਹੈ। ਸੋ ਬਾਹਲੀ ਭੀੜ ਇਕੱਠੀ ਕਰਨ ਦਾ ਪਿੱਛੇ ਫਾਇਦਾ ਨਹੀਂ ਕਿ ਤੁਹਾਡੇ ਪਿੱਛੇ ਤੁਹਾਡੀ ਮਾਂ ਖੜੀ ਹੈ, ਬਸ ਐਂ ਸਮਝ ਲਓ ਵੀ ਦੱਬ ਦੋ ਕੀਲੀ ਤੁਹਾਡੇ ਮਗਰ ਰੱਬ ਖੜ ਗਿਆ। ਅੱਛਾ, ਇਹ ਹੱਥ ਕਿਹਦਾ ਮੰਨਦੇ ਹੋ ਇਹਦੇ ਪਿੱਛੇ ਕਿ ਇੰਨੀ ਸਫਲਤਾ ਦੇ ਪਿੱਛੇ? ਮੈਂ ਦੱਸਿਆ ਸੀ ਪਹਿਲਾਂ ਵੀ ਹੈ ਨਾ ਵੀ ਮੈਨੂੰ ਜੇ ਇਹ ਕੰਮ ਦੇ ਵਿੱਚ ਲਿਆਉਣ ਵਾਲੀ ਹੈਗੀ ਹੈ ਤਾਂ ਉਹ ਕੌਰ ਬੁੱਟਰ ਹੈ ਕੁੜੀ, ਹੋਰ ਉਹਨੇ ਸਾਥ ਦਿੱਤਾ, ਅਤੇ ਜੇ ਹੁਣ ਸਾਥ ਦਿੰਦੀ ਹੈ ਤਾਂ ਮੇਰੀ ਮਾਂ ਹੈ, ਠੀਕ ਹੈ। ਦੋਨੇ ਔਰਤਾਂ ਨੇ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦੀ ਕਾਇਨਾਤ ਪਲ ਦਿੱਤੀ, ਠੀਕ ਹੈ। ਮੈਂ ਦੋਨਾਂ ਨੂੰ ਦਰਜਾ ਸਮਾਨ ਦਿੰਦਾ ਉਹਨਾਂ ਨੂੰ, ਕਿਉਂਕਿ ਇੱਕ ਨੇ ਮੇਰਾ ਸਾਥ ਦਿੱਤਾ। ਜੇ ਉਹ ਕੁੜੀ ਮੇਰਾ ਸਾਥ ਨਾ ਦਿੰਦੀ ਅੱਜ ਮੈਂ ਇੱਥੇ ਨਾ ਪਹੁੰਚਦਾ, ਜੇ ਮੇਰੀ ਮਾਂ ਮੈਨੂੰ ਪਿੱਛੋਂ ਹੱਲਾ ਸ਼ੇਰੇ ਨਹੀਂ ਦਿੰਦੀ ਤਾਂ ਵੀ ਇੱਥੇ ਨਹੀਂ ਪਹੁੰਚਦਾ ਸੀ ਮੈਂ, ਠੀਕ ਹੈ। ਮੈਂ ਪਹਿਲਾਂ ਕਿਹਾ ਵੀ ਕੁੜੀ ਕੋਈ ਗਲਤ ਲਫ਼ਜ਼ ਨਹੀਂ ਹੈਗਾ, ਉਹ ਦੋਸਤ ਆ ਚੰਗੀ ਸਾਡੀ, ਹੈ ਨਾ। ਅਤੇ ਇਹ ਮੇਰੀ ਮਾਂ ਹੈ ਨਾ, ਅਤੇ ਇਹ ਮੇਰੀ ਮਾਂ ਨੇ ਮੇਰਾ ਬਹੁਤ ਸਾਥ ਦਿੱਤਾ ਨੇ, ਅਤੇ ਉਹ ਕੁੜੀ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਅੱਛਾ, ਮਤਲਬ ਇੱਥੋਂ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ? ਉਹ ਵਕਤ ਵੀ ਸੀਗਾ ਜਦੋਂ ਤੁਹਾਡੀਆਂ ਛੱਤਾਂ 'ਚ ਆਉਂਦੀਆਂ ਸੀ, ਘਰ 'ਚ ਪਾਣੀ ਵੜਦਾ ਸੀ, ਉਹ ਇੰਦਰ ਨੇ ਸਾਨੂੰ ਕਰਦਾ ਸੀ, ਅਤੇ ਇੱਕ ਅੱਜ ਤੁਸੀਂ ਬੜੇ ਸੋਹਣੇ ਆਲੀਸ਼ਾਨ ਘਰ 'ਚ ਬੈਠੇ। ਉਹ ਪੁੱਤ ਜਦੋਂ ਉਹ ਟਾਈਮ ਸਾਡੇ ਯਾਦ ਆਉਂਦਾ, ਉਹ ਬਹੁਤ ਜਾਣੋ ਖਤਰੇ ਵਾਲੇ ਸੀ, ਕਿਉਂ ਆਏ ਤੀ ਕੁਛ ਤਾਂ ਸਾਨੂੰ ਲੋਕ ਬਾਹਲਾ ਮਿਹਣੇ ਮਾਰਦੇ ਤੇ, ਕੁਛ ਵਿੱਚ ਤੀਵੀਆਂ ਜਨਾਨੀਆਂ ਆਈਆਂ ਤੇ ਸਾਨੂੰ ਮੁਖਾਵਲ ਮਸ਼ਕਰੀ ਕਰਦੀਆਂ ਤੀਆਂ, ਉਹ ਐਂ ਕਰਦੀਆਂ ਤੀਆਂ। ਕੋਈ ਤਾਂ ਕਹਿੰਦੀ ਸਰੋਵਰ ਬਣ ਗਿਆ ਵੀ ਨਹਾਉਣ ਵਾਲੇ ਮੱਛੀਆਂ ਛੱਡ ਦਿਓ, ਕੋਈ ਕਹਿੰਦੀ ਨਹਾ ਲਓ ਪਾਣੀ ਅੰਦਰ ਵੜ ਗਿਆ ਤੁਹਾਡੇ ਵੀ ਸਰੋਵਰ ਬਣ ਗਿਆ। ਅਸੀਂ ਕਹਿੰਦੇ ਕੋਈ ਨਾ ਭਾਈ, ਠੀਕ ਹੈ, ਨਾ ਵੀ ਲਵਾਂਗੇ ਮੱਛੀਆਂ ਵੀ ਛੱਡ ਦਾਂਗੇ, ਪਰ ਅਸੀਂ ਗੁੱਸਾ ਨਹੀਂ ਕਿਸੇ ਦਾ ਮੰਨਿਆ ਤੀ ਪੁੱਤ, ਗੁੱਸਾ ਕਿਸੇ ਦਾ ਨਹੀਂ ਮੰਨਿਆ ਤੀ। ਅਸੀਂ ਕਹਿੰਦੇ ਉਹ ਮਾਲਕ ਸੁਣਦਾ, ਜੋ ਬਣਦੀ ਹੈ ਠੀਕ ਹੈ। ਅੱਜ ਸੁਣ ਵੀ ਲਈ ਪੁੱਤ, ਹੁਣ ਮਾਲਕ ਨੇ ਲੁਕੋ ਕੇ ਵੀ ਸਾਥੋਂ ਕੁਛ ਨਹੀਂ ਰੱਖਿਆ, ਹੁਣ ਪਰਮਾਤਮਾ ਦਾ ਸ਼ੁਕਰ ਮਨਾਉਂਦੇ ਹਾਂ। ਹਾਂ ਬਥੇਰਾ, ਮੇਰੀ ਮਾਂ ਦੋਏ ਟਾਈਮ ਗੁਰੂ ਘਰ ਜਾਂਦੀ ਆ ਬਈ, ਹੁਣ ਗੁਰੂ ਘਰ ਜਾਂਦੇ ਆ, ਸਵੇਰੇ ਵੀ ਜਾਂਦੀ ਆ, ਸ਼ਾਮ ਨੂੰ ਵੀ ਜਾਂਦੀ ਆ। ਅਸੀਂ ਉਹਨੂੰ ਕਹਿਣਾ ਬਾਬਾ ਖਬਰੇ ਤੈਨੂੰ ਸਾਡੇ ਘਰ 'ਚ ਮੁੰਡਾ ਪਾ ਕੇ ਚਾਹੀਦਾ, ਅਰਦਾਸਾਂ ਮਾਲਕ ਅੱਗੇ ਇੱਕ ਮੇਰੀ ਮਾਂ ਦੀ ਅਰਦਾਸਾਂ ਖਬਰ ਵੱਧ ਸੁਣਦਾ ਹੋਵੇ। ਅੱਛਾ, ਸਾਨੂੰ ਤੱਕ ਲੈ ਗਏ। ਇੱਕ ਮੈਨੂੰ ਹੋਰ ਗੱਲ ਇੰਦਰ ਨੇ ਦੱਸੀ ਕਿ ਜਦੋਂ ਮੈਂ ਬਾਹਰ ਗਿਆ ਹੁਣ ਸ਼ੋਅ ਲਾਉਣ ਗਿਆ, ਤਾਂ ਉੱਥੇ ਜਾ ਕੇ ਬਾਈ ਭਾਵਕ ਵੀ ਹੋਇਆ, ਇੰਦਰ ਕਹਿੰਦਾ ਵੀ ਮੈਂ ਆਪਦੀ ਮਾਂ ਨੂੰ ਫੋਨ ਕਰਿਆ ਵੀ ਮਾਂ ਦੇਖੀ ਮੇਰੀ ਇੱਜ਼ਤ ਰਹਿ ਜੇ, ਮੇਰੀ ਪੱਗ ਦੀ ਲਾਜ ਰਹਿ ਜੇ, ਤੂੰ ਅਰਦਾਸ ਕਰੀ ਗੁਰਦੁਆਰੇ ਜਾ। ਬਥੇਰੀ ਕਰਕੇ ਹੀ ਪੁੱਤ, ਉਹ ਗੱਲ ਕੀ ਗੱਲ ਹੋਈ ਸੀ? ਉਹ ਪੁੱਤ ਐਂ ਤੀਗਾ, ਇਹਨੂੰ ਐਂ ਤੀ ਵੀ ਜੇ ਮਾਂ ਮੈਨੂੰ ਫੋਨ ਕਰਿਆ ਨੇ, ਮਾਂ ਤੂੰ ਭਾਈ ਮੂਲੇ 'ਤੇ ਮੱਥਾ ਟੇਕੀ ਬਾਬਾ ਮੂਲ ਚੰਦ 'ਤੇ, ਵੀ ਸਾਡਾ ਠੀਕ ਠਾਕ ਕੰਮ ਚੱਲੇ ਇੱਥੇ, ਵਧੀਆ ਸਾਡਾ ਉੱਧਰ ਵੀ ਜਾਣੋ ਠੀਕ ਰਹੇ, ਸ਼ੋ ਕਾਮਯਾਬ ਹੋ ਜੇ। ਅਸੀਂ ਪੁੱਤ ਗਏ, ਮੈਂ ਗਈ ਜੋਤ ਜਗਾਈ ਬਾਬੇ ਦੀ, ਬਾਬੇ 'ਤੇ ਡੱਬਾ ਸੁੱਖ ਕੇ ਆਈ, ਬਾਬੇ ਦੀ ਬੇਨਤੀ ਕਰੀ ਬੈਠ ਕੇ ਬਹੁਤ ਚਿਰ, ਵੀ ਬਾਬਾ ਤੂੰ ਹੀ ਲਾਜ ਰੱਖਣ ਵਾਲਾ, ਤੂੰ ਹੀ ਇੱਜ਼ਤ ਰੱਖਣ ਵਾਲਾ, ਬਾਬਾ ਅੱਜ ਤੇ ਤੋਂ ਬਿਨਾਂ ਸਾਡਾ ਕੋਈ ਨਹੀਂ। ਅੱਛਾ, ਹਾਂ, ਕਿਉਂਕਿ ਬਾਈ ਕਿਤੇ ਨਾ ਕਿਤੇ ਮੈਂ ਪੰਜਾਬ ਦੀ ਪੱਗ ਲੈ ਕੇ ਉੱਥੇ ਗਿਆ ਸੀਗਾ, ਵਿਦੇਸ਼ੀ ਧਰਤੀ 'ਤੇ ਗਿਆ ਸੀ। ਮੈਂ ਬਸ ਇੱਕੋ ਹੀ ਬੇਨਤੀ ਸੀ ਕਿ ਮਾਲਕਾ ਮੇਰੇ ਸਿਰ 'ਤੇ ਹੱਥ ਰੱਖੀ, ਭੇਜਿਆ ਉਹਦਾ ਕਾਰਨ, ਕਿਉਂਕਿ ਮੈਨੂੰ ਪਤਾ ਸੀ ਮੇਰੀ ਮਾਂ ਦੀ ਥੋੜ੍ਹੀ ਪਰਮਾਤਮਾ ਵੱਧ ਸੁਣਦਾ ਹੈ ਨਾ, ਅਤੇ ਮੇਰੀ ਮਾਂ ਉਹਦੀ ਗਈ ਨਾਲ ਦੀ ਨਾਲ, ਅਤੇ ਵਾਹਿਗੁਰੂ ਦੀ ਐਡੀ ਕਿਰਪਾ ਜਦੋਂ ਸਟੇਜ 'ਤੇ ਚੜ੍ਹੇ ਨਾ ਲੋਕਾਂ ਨੇ ਕੂਕਾਂ ਮਾਰੀਆਂ, ਅਤੇ ਮੈਨੂੰ ਜਦੋਂ ਉੱਪਰ ਜਾ ਕੇ ਮੈਂ ਇੱਕ ਵਾਰ ਤੋਂ ਉੱਤੇ ਪ੍ਰਭਾਵਕ ਹੋ ਗਿਆ ਸੀ ਵੀ ਪਰਮਾਤਮਾ ਖੜ ਗਿਆ ਨਾਲ ਆ ਕੇ, ਹੁਣ ਠੀਕ ਹੈ। 7000 ਬੰਦਾ ਸੀ ਬਾਈ ਸ਼ੋਅ ਦੇ ਵਿੱਚ ਪਰਥ, 7000 ਦੇ ਵਿੱਚੋਂ ਇੱਕ ਬੰਦੇ ਨੇ ਵੀ ਅੱਖ ਨਹੀਂ ਕਮਾਈ ਹੈਗੀ, ਤਾਂ ਹੀ ਅਸੀਂ ਉਹ ਲੋਕਾਂ ਅੱਗੇ ਨਾਲ ਜੀ ਵੀ ਸਿਰ ਝੁਕਾਉਂਦੇ ਹਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਹੈ ਨਾ, ਤੁਸੀਂ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਨਾ ਸਾਡਾ ਮਾਣ ਕੀਤਾ, ਹੈ ਨਾ, ਸਾਡਾ ਮਾਣ ਰੱਖਿਆ, ਅਤੇ ਕਿਸੇ ਬੰਦੇ ਨੇ ਨੈਗੇਟਿਵ ਕਮੈਂਟ ਨਹੀਂ ਕਰਿਆ ਅਜੇ ਤੱਕ, ਨੈਗੇਟਿਵ ਕੂਕ ਨਹੀਂ ਮਾਰੀ ਹੈਗੀ, ਬਹੁਤ ਜ਼ਿਆਦਾ ਪਿਆਰ ਕਰਤਾ, ਮੇਰੇ ਦੋਨੇ ਹੱਥ ਜੋੜ ਕੇ ਮੈਂ ਅੱਜ ਵੀ ਉਹਨਾਂ ਨੂੰ, ਮੇਰੇ ਦਿਲ ਦੀ ਸਾਰੇ ਲਫ਼ਜ਼ ਖਤਮ ਹੋ ਗਏ ਬਾਈ, ਮੈਂ ਕਿਵੇਂ ਉਹਨਾਂ ਦੀ, ਉਹਨਾਂ ਦਾ ਮੈਂ ਕਿਵੇਂ ਸ਼ੁਕਰੀਆ ਕਰਾਂ, ਕਿਉਂਕਿ ਸਰ ਮੇਰੀ ਪਹਿਲੀ ਸਟੇਜ ਸੀਗੀ ਇਹ ਬਾਈ, ਕਦੇ ਸੋਚਿਆ ਵੀ ਹੈ ਨਹੀਂ ਸੀ ਜ਼ਿੰਦਗੀ 'ਚ, ਹੈ ਨਾ, ਕਿ ਲੋਕ ਇੰਨਾ ਪਿਆਰ ਇੱਥੇ ਤੱਕ ਪਹੁੰਚਾ ਦੇਣਗੇ ਤੁਹਾਨੂੰ, ਕਦੇ ਵੀ ਨਹੀਂ ਸੋਚਿਆ ਸੀ। ਅੱਜ ਕਿਹੋ ਜਿਹਾ ਅਹਿਸਾਸ ਆ ਮਤਾ ਜੀ ਤੁਹਾਡਾ? ਬਹੁਤ ਠੀਕ ਆ ਪੁੱਤ, ਬਹੁਤ ਵਧੀਆ। ਹੋਰ ਕੁਛ ਮੰਗਦੇ ਹੋ ਰੱਬ ਤੋਂ? ਪੁੱਤ ਕਹਿੰਦੇ ਆ ਵੀ ਦਾਤਾ ਤਾਂ ਦੇਈ ਜਾਂਦਾ, ਹੁਣ ਅਸੀਂ ਇੱਦੂ ਤਾਂ ਜ਼ਿਆਦਾ ਮੂੰਹ ਢਿੱਡਾਂਗੇ ਮੱਖੀਆਂ ਪੈਣਗੀਆਂ,
ਹੁਣ ਆਏ ਜਿਹੜੇ ਮਾਲਕ ਤੋਂ ਚੀਜ਼ ਮੰਗਦੇ ਆਪਾਂ ਨੂੰ ਮਿਲ ਗਈ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਕੋਈ ਚੀਜ਼ ਦੀ ਘਾਟ ਨਹੀਂ ਰਹੀ ਚੰਗਾ ਖਾਣਾ ਖਾਂਦੇ ਹਾਂ ਬਈ ਸਾਰਾ ਸਿਸਟਮ ਆ ਬਈ ਠੀਕ ਹੈ ਬੱਚੇ ਆਉਂਦੇ ਨੇ ਸਾਡੇ ਕੋਲ ਜਿਵੇਂ ਭਤੀਜੇ ਭਤੁਜੇ ਆ ਗਏ ਭੈਣ ਦੇ ਜਵਾਕ ਆ ਗਏ ਸਾਰੇ ਆ ਗਏ ਉਹ ਖੁਸ਼ ਹੋ ਕੇ ਜਾਂਦੇ ਨੇ ਹਨਾ ਭੈਣ ਆ ਗਿਆ ਉਹ ਖੁਸ਼ ਹੋ ਕੇ ਜਾਂਦੀਆਂ ਨੇ ਤੇ ਹੋਰ ਕੀ ਮੰਗੀ ਹੁਣ ਪਰਮਾਤਮਾ ਤੋਂ ਭੈਣ ਅੱਡ ਬੇਨਤੀ ਕਰਦੇ ਨੇ ਪੁੱਤ ਸਭ ਕੁਝ ਤਾਂ ਪਰਮਾਤਮਾ ਦੇ ਸਾਡੇ ਭਰਾ ਨੂੰ ਬਹੁਤ ਤਾਂ ਮਾਲਕਾ ਤਾਂ ਬਹੁਤ ਕੁਝ ਦੇਤਾ ਬਹੁਤ ਵਧੀਆ ਸੋਚ ਲਈ ਕਿੱਥੇ ਭਾਈ ਕਿੰਨੀਆਂ ਇੰਨੀਆਂ ਔਖੀਆਂ ਦੀਆਂ ਉਹ ਉਹ ਵਕਤ ਵੀ ਰਿਹਾ ਹਾਂ ਉਹ ਵਕਤ ਪੂਰਾ ਅੱਜ ਸਾਰਾ ਕੁਝ ਸੈੱਟ ਆ ਮਨੀ ਪਰ ਇੱਕ ਗੱਲ ਤਾਂ ਹੈ ਅੰਦਰ ਬਈ ਤੁਹਾਡੀ ਮਾਂ ਦਾ ਬਹੁਤ ਵੱਡਾ ਜਿਗਰਾ ਰਿਹਾ ਹੌਸਲਾ ਰਿਹਾ ਕਿ ਤੁਹਾਨੂੰ ਚਾਰ ਭੈਣ ਭਰਾਵਾਂ ਨੂੰ ਤਿੰਨ ਭੈਣਾਂ ਤੇ ਤੁਹਾਨੂੰ ਇਹਨੇ ਪਾਲਿਆ ਬਿਲਕੁਲ ਤੇ ਕਦੇ ਤੱਤੀ ਵਾਲ ਲੱਗਣ ਤੱਕ ਨਹੀਂ ਦਿੱਤੀ ਹਨਾ ਬਿਲਕੁਲ ਬਈ ਫਿਰ ਉਹੀ ਤਾਂ ਗੱਲ ਹੈ ਮਾਂ ਦਾ ਮਾਂ ਹੁੰਦੀ ਹੈ ਬਈ ਹਨਾ ਸਾਨੂੰ ਚਾਰ ਭੈਣ ਭਾਈਆਂ ਨੂੰ ਪਾਲਣਾ ਠੀਕ ਹੈ ਸਾਡੇ ਸਿਰ ਤੇ ਪਿਓ ਨਹੀਂ ਹੈਗਾ ਸੀ ਹਨਾ ਅਤੇ ਕਿਮ ਕਿੱਥੇ ਤੱਕ ਖਿੱਚ ਕੇ ਲੈ ਗਈ ਸਾਨੂੰ ਮਾਤਾ ਸਾਨੂੰ ਪਤਾ ਜੀ ਸਾਨੂੰ ਇਹ ਨਹੀਂ ਪਤਾ ਸਾਡੇ ਪੈਸੇ ਕਿੱਥੋਂ ਆਉਂਦੇ ਸੀਗੇ ਸਾਨੂੰ ਪੜ੍ਹਾਈਆਂ ਕਿੱਥੋਂ ਹੁੰਦੀਆਂ ਸੀ ਸਾਡੀਆਂ ਸਾਡਾ ਸਿਸਟਮ ਅਸੀਂ ਕਦੇ ਚੀਜ਼ਾਂ ਜ਼ਿਕਰ ਨਹੀਂ ਕਰੀਆਂ ਬਈ ਫਿਰ ਨਹੀਂ ਲੋਕ ਗੱਲ ਕਹਿ ਦੇਣਗੇ ਨਾ ਵੀ ਅਕਸਰ ਉਹੀ ਗੱਲਾਂ ਹਰੇਕ ਬੰਦੇ ਦੀ ਇੱਕੋ ਸਟੋਰੀ ਹੈ ਇੰਟਰਵਿਊ ਦੀ ਨਾ ਵੀ ਮੈਂ ਗਰੀਬ ਸੀ ਮੇਰਾ ਸਟਰਗਲ ਸੀਗਾ ਠੀਕ ਹੈ ਬਸ ਉਹ ਚੀਜ਼ਾਂ ਹੁਣ ਬੰਦੇ ਕਰਤੀਆਂ ਵੀ ਪਰਮਾਤਮਾ ਨੇ ਹੁਣ ਕਹਿਤਾ ਵੀ ਲੁਕੋ ਦੇ ਗੱਲਾਂ ਭਰਾਵਾ ਤੇਰਾ ਸਾਰਾ ਕੁਝ ਢੱਕਤਾ ਸੀ ਨੇ ਹੁਣ ਛੇੜੀ ਨਾ ਹੁਣ ਨਵੀਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ ਦੱਬ ਕਿਲੀ ਧਰ ਕੇ ਹੁਣ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਹਨਾ ਮੈਂ ਕਹਿਆ ਯਾਰ ਮੈਂ ਗੁਰੂ ਰਾਮਦਾਸ ਪਾਤਸ਼ਾਹ ਨੇ ਜਿੰਨਾ ਯਾਰ ਸਾਡੀ ਸੁਣੀ ਹੈ ਯਾਰ ਮੈਂ ਤਾਂ ਕਹਿੰਦਾ ਪਰਮਾਤਮਾ ਸਭ ਦੀ ਸੁਣੇ ਯਾਰ ਕੀ ਬਾਤ ਜਿਹੜਾ ਕੁਝ ਵੀ ਮੰਗਿਆ ਸੀ ਹੁਣ ਤੱਕ ਜਿਹੜਾ ਕੁਝ ਵੀ ਮੰਗਿਆ ਗੁਰੂ ਮਹਾਰਾਜ ਤੋਂ ਸਾਨੂੰ ਸਭ ਕੁਝ ਦਿੱਤਾ ਦੂਣਾ ਦੂਣਾ ਦਿੱਤਾ ਠੀਕ ਹੈ ਤੇ ਥੋੜੇ ਲੇਟ ਤਾਂ ਹੋ ਗਿਆ ਸੀਗਾ ਪਰ ਪਰਮਾਤਮਾ ਫਿਰ ਦੋ ਦੋ ਚੀਜ਼ਾਂ ਦਿੱਤੀਆਂ ਇਕੱਠੀਆਂ ਵੀ ਚੱਕ ਦੋ ਹੁਣ ਕੋਈ ਕਿਸੇ ਚੀਜ਼ ਦੀ ਘਾਟ ਹੀ ਮੈਂ ਕਿਹਾ ਪਰਮਾਤਮਾ ਦੀ ਬਹੁਤ ਕਿਰਪਾ ਬਈ ਲੋਕਾਂ ਦੀ ਬਹੁਤ ਕਿਰਪਾ ਹੈ ਨਾ ਜਿਹੜੇ ਸਾਨੂੰ ਲੋਕ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਨਾ ਕੀ ਬਾਤ ਬਹੁਤ ਸ਼ੁਕਰੀਆ ਮਾਤਾ ਜੀ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ ਇੰਦਰ ਬਾਈ ਸਮੇਂ 'ਚ ਸਮਾਂ ਕੱਢਿਆ ਤੁਸੀਂ ਗੱਲਬਾਤ ਕੀਤੀ ਬਹੁਤ ਸ਼ੁਕਰੀਆ ਅਤੇ ਇੱਕ ਗੱਲ ਮੈਨੂੰ ਬੜੀ ਖਾਸ ਲੱਗੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਜੁੜੇ ਅੱਜ ਵੀ ਤੁਸੀਂ ਉੱਥੇ ਹੋ ਚਾਹੇ ਜਿੱਥੇ ਵੀ ਮਰਜ਼ੀ ਹੋ ਬਿਲਕੁਲ ਹੈ ਨਾ ਹਨਾ ਅੱਜ ਵੀ ਤੁਸੀਂ ਖੇੜੇ ਮੱਥੇ ਉਹ ਬੰਦਿਆਂ ਨੂੰ ਮਿਲਦੇ ਹੋ ਜਿਹੜੇ ਤੁਹਾਡੇ ਨਾਲ ਸ਼ੁਰੂਆਤ ਦੌਰ 'ਚ ਜੁੜੇ ਬਿਲਕੁਲ ਅਤੇ ਅੱਜ ਵੀ ਉਹ ਬੰਦੇ ਤੁਹਾਨੂੰ ਯਾਦ ਨੇ ਬਈ ਆਪਦੀ ਜੜ੍ਹਾਂ ਨਹੀਂ ਭੁੱਲਣੀ ਚਾਹੀਦੀ ਠੀਕ ਹੈ ਅਤੇ ਤੁਸੀਂ ਮੇਰੇ ਜੜ੍ਹਾਂ ਜਿਹਨੇ ਮੇਰੇ ਜੜ੍ਹਾਂ ਲਾਈਆਂ ਹਨ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਤੁਸੀਂ ਇੰਨਾ ਮਾਣ ਦਿੰਦੇ ਹੋ ਅਤੇ ਬਹੁਤ ਖੁਸ਼ੀ ਹੋਈ ਇੰਦਰ ਬਾਈ ਤੁਸੀਂ ਹੋਰ ਤਰੱਕੀਆਂ ਕਰੋ ਅਤੇ ਸਾਨੂੰ ਹੋਰ ਚੌਗਣੀ ਖੁਸ਼ੀ ਹੋਊ ਵੀ ਚਲੋ ਆਪਣਾ ਭਰਾ ਆਪਣਾ ਦੋਸਤ ਆ ਹੈ ਨਾ ਆਪਣਾ ਵੀਰ ਇੱਥੇ ਤੱਕ ਪਹੁੰਚਿਆ ਮੈਨੂੰ ਉਹ ਗਾਣਾ ਮੈਂ ਦੇਖਿਆ ਤਾਂ ਮੈਨੂੰ ਮੱਲੋ ਮੱਲੀ ਖੁਸ਼ੀ ਹੋਈ ਕਿ ਚਲੋ ਆਪਣਾ ਭਰਾ ਹਰਨੇਤ ਦਾ ਹਾਂ ਹਰਨੇਤ ਦਾ ਗਾਣਾ ਉਹ ਵੀ ਰਾਤ ਨੂੰ ਵੀਰੇ ਦਾ ਫੋਨ ਆਇਆ ਸੀ ਹਰਨੇਤ ਦੇ ਭਰਾ ਦਾ ਫੋਨ ਆਇਆ ਰਾਤ ਨੂੰ ਅਤੇ ਕਹਿੰਦਾ ਵੀ ਐਂ ਕਰਕੇ ਇੰਦਰ ਵੀ ਸਵੇਰੇ ਕੱਲ੍ਹ ਨੂੰ ਨੇਤ ਦਾ ਸ਼ੂਟ ਹੈ ਨਾ ਅਤੇ ਮੈਂ ਕਿਤੇ ਹੋਰ ਸ਼ੂਟ 'ਤੇ ਸੀਗਾ ਅਤੇ ਮੈਂ ਉਹਨੂੰ ਕਿਤੇ ਕਹਿ ਤਾ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਮਹਾਂ ਵੀ ਹੁਣ ਤਾਂ ਸੋਰੀ ਹੈ ਨਾ ਅਗਲੀ ਵਾਰ ਦੇਖਾਂਗੇ ਆਪਾਂ ਫਿਰ ਬਾਈ ਡਾਇਰੈਕਟਰ ਸੁੱਧੀ ਕੋਲ ਹੈ ਨਾ ਸ਼ੁੱਧ ਬਾਈ ਹੈ ਨਾ ਅਤੇ ਬਹੁਤ ਘੈਂਟ ਡਾਇਰੈਕਟਰ ਨੇ ਬਾਈ ਅਤੇ ਇੰਦਰ ਕਹਿੰਦਾ ਕਿੰਨੇ ਵਜੇ ਤੱਕ ਪਹੁੰਚ ਜਾਏਗਾ ਲਾਸਟ ਕਿੰਨੇ ਪਹੁੰਚ ਜਾਏਗਾ ਮੈਂ ਕਿਹਾ ਬਾਈ ਮੈਂ ਲਾਸਟ 3 ਵਜੇ ਤੱਕ ਪਹੁੰਚ ਸਕਦਾ ਤੁਹਾਡੇ ਕੋਲ ਕਹਿੰਦਾ ਮੈਂ ਵੇਟ ਕਰੂੰ ਆ ਜਾ ਦੁਪਹਿਰੇ ਸ਼ਾਮ ਦੇ 3 ਵਜੇ ਅੱਛਾ ਅਤੇ ਜਦੋਂ ਸੈੱਟ 'ਤੇ ਗਏ ਬਾਈ ਨੇਤ ਨੇ ਬਹੁਤ ਪਿਆਰ ਕੀਤਾ ਨਾ ਸਾਨੂੰ ਐਂ ਸੀ ਵੀ ਸਾਨੂੰ ਕੌਣ ਜਾਣਦਾ ਯਾਰ ਹਰ ਨੇਤ ਨੇ ਬਾਈ ਜੱਫੀ 'ਚ ਲੈ ਕੇ ਪਿਆਰ ਕੀਤਾ ਨਾ ਅਤੇ ਚਾਹੇ ਮੇਰੇ ਤੋਂ ਛੋਟਾ ਚਾਹੇ ਹਾਮ ਉਮਰ ਆ ਭਾਈ ਠੀਕ ਠਾਕ ਜੀ ਹੈ ਨਾ ਅਤੇ ਉਹਦੇ ਭਰਾਵਾਂ ਨੇ ਉਹਦੇ ਭਰਾ ਨੇ ਬਹੁਤ ਪਿਆਰ ਕੀਤਾ ਡਾਇਰੈਕਟਰ ਨੇ ਬਹੁਤ ਪਿਆਰ ਕੀਤਾ ਔਰ ਗਾਣਾ ਆਉਣ ਤੋਂ ਬਾਅਦ ਜਿਹੜਾ ਔਡੀਅੰਸ ਨੇ ਪਿਆਰ ਕੀਤਾ ਉਹਦੇ ਲਈ ਤਾਂ ਬਾਈ ਬਸ ਸ਼ਬਦ ਹੀ ਖਤਮ ਨੇ ਹੈ ਨਾ ਕਿ ਤੁਸੀਂ ਸਾਨੂੰ ਇੱਥੇ ਤੱਕ ਲਿਆਏ ਬਾਈ ਮੇਰੀ ਉਮੀਦ ਵੀ ਨਹੀਂ ਸੀ ਮੇਰੀ ਆਸ ਵੀ ਨਹੀਂ ਸੀ ਕਿ ਮੈਂ ਐਡੇ ਵੱਡੇ ਸਿੰਗਰ ਨਾਲ ਗਾਣਾ ਕਰਕੇ ਆਊਂਗਾ ਅਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਹੈ ਨਾ ਜਿਨ੍ਹਾਂ ਨੇ ਸਾਡੇ ਰੋਲ ਨੂੰ ਐਕਸੈਪਟ ਕੀਤਾ ਨਾ ਉਮੀਦ ਕਰਦਾ ਬਾਈ ਕਿ ਮੈਂ ਹੋਰ ਵੀ ਕਿਤੇ ਨਾ ਕਿਤੇ ਦੁਬਾਰਾ ਤੁਹਾਨੂੰ ਦੇਖੂੰਗਾ ਨਾ ਬਹੁਤ ਸ਼ੁਕਰੀਆ ਇੰਦਰ ਭਾਈ ਬਹੁਤ ਸਮਾਂ ਦਿੱਤਾ ਬਹੁਤ ਮਿਹਰਬਾਨੀ ਤੁਸੀਂ ਬਹੁਤ ਤਰੱਕੀਆਂ ਕਰੋ ਸ਼ੁਕਰੀਆ ਮਾਤਾ ਜੀ ਤੁਹਾਡਾ ਪੁੱਤ ਹੋਰ ਤਰੱਕੀਆਂ ਕਰੇ ਹੋਰ ਬੁਲੰਦੀਆਂ ਤੇ ਕਹਿੰਦਾ ਤੁਹਾਡੇ ਬੋਲ ਪੁੱਤਾ ਫੁਰ ਜਾਣਾ ਵਿੱਚ ਦੀ ਜਾਣ ਪਾਈ ਦੇ ਵੀ ਬਸ ਜਮਾਂ ਠੀਕ ਠਾਕ ਰਹੇ ਬਾਈ ਆਹ ਸਭ ਤੋਂ ਚੰਗੀ ਗੱਲ ਮੈਨੂੰ ਇਹ ਲੱਗੀ ਤੁਸੀਂ ਅੱਜ ਵੀ ਜ਼ਮੀਨ ਨਾਲ ਅੱਜ ਵੀ ਜੜ੍ਹਾਂ ਨਾਲ ਜੁੜੇ ਹੋਏ ਹੋ ਉਹ ਚੀਜ਼ਾਂ ਨਹੀਂ ਭੁੱਲੇ ਨਹੀਂ ਕਿਸੇ ਦੇ ਇੱਕ ਵੀਡੀਓ 'ਤੇ 1,00,000 ਵਿਊ ਆ ਜਾਣਾ ਲੋਕ ਪੈਰ ਛੱਡ ਜਾਂਦੇ ਆ ਅਤੇ ਪਰ ਤੁਸੀਂ ਅੱਜ ਵੀ ਜੜ੍ਹਾਂ ਨਾਲ ਜੁੜੇ ਹੋਏ ਬਾਈ ਜੜ੍ਹਾਂ ਨਾਲ ਜੁੜਨਾ ਪੈਣਾ ਹੈ ਨਾ ਕਿਉਂਕਿ ਜਿਹੜਾ ਬੰਦਾ ਜੜ੍ਹਾਂ ਭੁੱਲ ਗਿਆ ਉਹ ਬੰਦਾ ਸੁੱਕ ਜਾਂਦਾ ਜਿੱਡਾ ਮਰਜ਼ੀ ਦਰਖਤ ਕਿਉਂ ਨਾ ਹੋਵੇ ਹੈ ਨਾ ਅਤੇ ਬਹੁਤ ਸ਼ੁਕਰੀਆ ਇੰਦਰ ਬਾਈ ਸਮਾਂ ਦਿੱਤਾ ਥੈਂਕ ਯੂ ਬਾਈ ਜੀ ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ ਜੇ ਪਿਛਲੀ ਬਾਈ ਹੋਰਾਂ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਤੁਸੀਂ ਦੇਖਣਾ ਚਾਹੁੰਦੇ ਹੋ ਉਹਦਾ ਲਿੰਕ ਅਸੀਂ ਐਂਡ ਸਕਰੀਨ 'ਤੇ ਲਾ ਦਾਂਗੇ ਅਤੇ ਲਿੰਕ ਉਹਦਾ ਥੱਲੇ ਕਮੈਂਟ 'ਚ ਮੈਨਸ਼ਨ ਕਰ ਦਾਂਗੇ ਉਹ ਇੰਟਰਵਿਊ ਬਾਈ ਹੋਰਾਂ ਦੀ ਜ਼ਰੂਰ ਦੇਖਿਓ ਅਤੇ ਇੰਟਰਵਿਊ ਬਾਈ ਹੋਰਾਂ ਦੇ ਪੂਰੀ ਸਕਸੈਸ ਹੋਣ ਤੋਂ ਬਾਅਦ ਜਦੋਂ ਬਾਈ ਹੋਰੀ ਪੀਕ 'ਤੇ ਨੇ ਬਾਈ ਹੋਰਾਂ ਦਾ ਚੈਨਲ ਪੀਕ 'ਤੇ ਹੈ ਇਹ ਇੰਟਰਵਿਊ ਉਹ ਵਕਤ ਦੀ ਆ ਕਿ ਇੱਕ ਕਾਮਯਾਬ ਹੋ ਕੇ
ਵਿਦੇਸ਼ਾਂ ਦੇ ਵਿੱਚ ਗਿਆ, ਜਿਹਨੂੰ ਲੋਕ ਨਿਕੰਮਾ ਕਹਿੰਦੇ ਸੀ, ਉਹ ਮਾਂ ਦਾ ਦਿਲ ਕਹੇ ਜਾ ਉਦੋਂ ਮਹਿਸੂਸ ਕਰ ਰਿਹਾ ਸੀਗਾ। ਅਤੇ ਬਾਈ ਹੋਰਾਂ ਨੇ ਜਿਹੜੇ ਪਿੰਡ 'ਚ ਇੱਕ ਆਮ ਮੁੰਡਾ ਸੀ, ਆਮ ਪਿੰਡਾਂ ਦਾ ਮੁੰਡਾ ਬਾਹਰ ਸ਼ੋਅ ਲਾਉਣ ਗਿਆ, ਉਹ ਅਹਿਸਾਸ ਕਿਹੋ ਜਿਹਾ ਸੀ? ਉਹ ਇੰਦਰ ਬਾਈ ਆਪ ਭਾਵੁਕ ਹੋ ਕੇ ਦੱਸਿਆ ਕਿ ਮੇਰੇ ਕੋਲ ਸ਼ਬਦ ਹੀ ਹੈ ਨਹੀਂ ਉਹ ਕੋਈ ਬੋਲਣ ਜੋਗੇ ਕਿ ਮੇਰੇ ਵਰਗੀ ਨਾ ਚੀਜ਼ ਨੂੰ ਇੱਥੇ ਤੱਕ ਲੋਕਾਂ ਨੇ ਪਹੁੰਚਾਇਆ। ਇੰਟਰਵਿਊ ਚੰਗੀ ਲੱਗੀ, ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਘੈਂਟ ਪੰਜਾਬੀ ਚੈਨਲ। ਅਤੇ ਬਾਈ ਹੋਰਾਂ ਦੀ ਪਿਛਲੀ ਇੰਟਰਵਿਊ ਵੀ ਤੁਸੀਂ ਜ਼ਰੂਰ ਦੇਖਿਓ, ਉਹ ਵੀ ਆਪਣੇ ਚੈਨਲ 'ਤੇ।